ਆਖਣ ਲੱਗਾ ਬਾਬਾ ਦੁੱਧ ਤੂੰ ਮਨਾ ਕੀਤਾ ਏ। ਦਾਤਾ ਅਲੀ ਅਜਵੇਰੀ ਫਰਮਾਨ ਨੇ ਦੁੱਧ ਮੈਂ ਮਨਾ ਕੀਤਾ ਏ। ਕਹਿਣ ਲੱਗਾ ਬਾਬਾ ਤੂੰ ਨਹੀਂ ਜਾਣਦਾ ਮੈਂ ਕੀ ਚੀਜ਼ ਆ, ਮੇਰੇ ਮਕਾਮ ਨੂੰ ਨਹੀਂ ਜਾਣਦਾ, ਮੈਂ ਬੜਾ ਗੁੱਸੇ ਵਾਲਾ ਵਾ, ਮੈਂ ਬੜਾ ਜਲਾਲ ਵਾਲਾ। ਦਾਤਾ ਅਲੀ ਅਜਵੇਰੀ ਫਰਮਾਨ ਨੇ ਕੀ ਕਰੇਗਾ, ਹਜ਼ਰਾ ਜੁਮਨੇ ਸੁਣਿਆ ਰੇ, ਉਹਨੇ ਹਵਾ 'ਚ ਉੱਡਣਾ ਸ਼ੁਰੂ ਕਰ ਦਿੱਤਾ ਏ, ਉਹਨੇ ਹਵਾ 'ਚ ਉੱਡਣਾ ਸ਼ੁਰੂ ਕਰ ਦਿੱਤਾ ਏ। ਇੱਧਰੋਂ ਹਵਾਵਾਂ 'ਚ ਉੱਡਦਾ ਜਾ ਰਿਹਾ ਏ, ਕਦੀ ਸੱਜੇ ਜਾਂਦਾ ਏ, ਕਦੀ ਖੱਬੇ ਆਉਂਦਾ ਏ। ਦਾਤਾ ਸਾਹਿਬ ਵੇਖ ਕੇ ਮੁਸਕਰਾ ਰਹੇ ਨੇ, ਉਹਦੇ ਮੰਨਣ ਵਾਲੇ ਚੇਲੇ ਬੜੇ ਖੁਸ਼ ਹੋ ਗਏ। ਸਾਡਾ ਪੀਰ ਹਵਾ ਵਿੱਚ ਪਿਆ ਉੱਡਦਾ ਏ, ਹਜੇ ਬਾਬੇ ਦਾ ਪਤਾ ਲੱਗ ਜਾਏਗਾ। ਅਲੀ ਹਜਵੇਰੀ ਦੇ ਮੁਰੀਦ ਹੱਥ ਬੰਨ ਕੇ ਖਲੋ ਗਏ ਨੇ, ਫਰਮਾਉਂਦੇ ਨੇ ਬਾਬਾ ਜੀ ਇਹ ਕੀ ਬਣਿਆ ਏ। ਫਰਮਾਇਆ ਖਮੋਸ਼ ਹੋ ਜਾ, ਇਹ ਸ਼ੈਤਾਨ ਵਾਲਾ ਏ, ਮੈਂ ਰਹਿਮਾਨ ਵਾਲਾ, ਇਹ ਸ਼ੈਤਾਨ ਨੂੰ ਮੰਨਣ ਵਾਲਾ ਏ, ਮੇਰਾ ਵਾਰਸ ਅੱਲਾ ਏ, ਮੇਰਾ ਰਹਿਬਰ ਅੱਲਾ ਏ, ਮੇਰਾ ਹਾਦੀ ਅੱਲਾ ਏ, ਸਾਡੀਆਂ ਯਾਰੀਆਂ ਅੱਲਾ ਨਾਲ ਲੱਗੀਆਂ ਨੇ, ਸਾਡੀਆਂ ਪਰੀਤਾਂ ਉਹਦੇ ਨਾਲ ਲੱਗੀਆਂ ਹੋਈਆਂ ਨੇ। ਬਾਬਾ ਕੀ ਕਰੇਗਾ, ਇੱਥੇ ਜੁਮਲੇ ਸੁਣੀ। ਦਾਤਾ ਸਾਹਿਬ ਨੇ ਮੁਰੀਦ ਨੂੰ ਫਰਮਾਇਆ ਮੇਰੇ ਖੜਾਵਾਂ ਲੈ ਕੇ ਆਇਆ ਨੇ। ਇੱਕ ਮੁਰੀਦ ਖੜਾਵਾਂ ਲੱਕੜੀ ਦੀਆਂ ਜੁੱਤੀਆਂ, ਖੜਾਵਾਂ ਲੱਕੜੀ ਦੀਆਂ ਜੁੱਤੀਆਂ। ਦਾਤਾ ਸਾਹਿਬ ਨੇ ਲੱਕੜੀ ਦੀਆਂ ਜੁੱਤੀਆਂ ਨੂੰ ਹੁਕਮ ਫਰਮਾਇਆ ਏ, ਇਹ ਹਵਾ ਵਿੱਚ ਪੀਆਂ ਉੱਡਦੀਆਂ ਨੇ। ਬਾਬਾ ਜੀ ਜਿੱਥੇ ਜਾਦੂਗਰ ਜਾਂਦਾ ਏ, ਮੇਰੇ ਦਾਤਾ ਦੀਆਂ ਜੁੱਤੀਆਂ ਉਹਦੇ ਸਿਰ ਤੇ ਵੱਜਦੀਆਂ ਪਈਆਂ ਨੇ। ਜਦੋਂ ਸਿਰ ਤੇ ਜੁੱਤੀਆਂ ਵੱਜੀਆਂ ਨੇ, ਜਾਦੂਗਰ ਦਾਤਾ ਸਾਹਿਬ ਦੇ ਕਦਮਾਂ 'ਚ ਆਇਆ ਏ। ਫਰਮਾਇਆ ਕਮੀਨਿਆ ਬੜਾ ਮਾਣ ਕਰਨਾ ਏ, ਅਸੀਂ ਅੱਲਾ ਵਾਲੇ ਆ, ਅਸੀਂ ਅੱਲਾ ਦੇ ਯਾਰ ਆ, ਜਿਹੜੇ ਕੰਮ ਤੋਂ ਸੁਣੀ ਸੁਣੀ ਜਿਹੜੇ ਕੰਮ ਤੋਂ ਪਿਆ ਕਰਨਾ ਏ, ਇਹ ਕੰਮ ਦਾਤਾ ਦੀਆਂ ਜੁੱਤੀਆਂ ਕਰ ਲੈਂਦੀਆਂ। ਗੰਜ ਬੈ ਆਲਮ ਹਰੇ ਨੂਰੇ ਖੁਦਾ, ਮੇਰੇ ਨਾਲ ਮਿਲ ਕੇ ਆਖੋ ਗੰਜ ਬਸ਼ੇ ਫੈਜ਼ ਆਲਮ ਮਜ਼ੇ ਹਰੇ ਨੂਰੇ ਖੁਦਾ। ਸੁਣ ਗੰਜ ਬਸ਼ੇ ਮਜ਼ ਹਰੇ ਨੂਰੇ ਖੁਦਾ, ਨਾ ਕੀ ਸਾਰਾ ਪੀਰ ਕਾਮਿਲ ਕਾਮਿਲਾ ਰਹਿਨੁਮਾ ਤੇ ਮੀਆਂ ਸਾਹਿਬਾਂ ਨੇ ਵਲੀ ਅੱਲਾ ਦੇ ਹੋਏ ਮਾਰੇ ਤੇ ਨਹੀਂ ਆਏ, ਹਾਏ ਹਾਏ ਵਲੀ ਅੱਲਾ ਦੇ ਹੋਏ, ਵਲੀ ਅੱਲਾ ਦੇ ਹੋਏ ਮਾਰੇ ਤੇ ਨਹੀਂ, ਇਹ ਕਰਦੇ ਪਰਦਾ ਪੋਸ਼ੀ ਹੋਇਆ ਜੇ ਦੁਨੀਆ
ਉਤੋਂ ਤੇ ਟੁਰ ਗਏ ਨਾਲ ਖਮੋਸ਼ੀ ਇਸ ਮਹੀਨੇ ਦੇ ਅੰਦਰ ਇੱਕ ਵਲੀਏ ਕਾਮਿਲ ਦਾ ਉਰਸੇ ਮੁਬਾਰਕ ਹੈ ਇੱਕ ਵਲੀਏ ਕਾਮਿਲ ਦਾ ਉਰਸੇ ਮੁਬਾਰਕ ਹੈ ਨਾਂ ਹੈ ਹਜ਼ਰਤ ਅਲੀ ਬਿਨ ਉਸਮਾਨ ਅਲ ਹਜਵੇਰੀ ਅਲ ਮਾਰੂਫ ਦਾਤਾ ਗੰਜ ਬਖਸ਼ ਰਹਿਮਤੁਲਾ ਅਲੈ ਇੱਕ ਵਾਰੀ ਗੱਜ ਕੇ ਬੋਲ ਸੁਭਾਨ ਅੱਲਾ ਇਹਨਾਂ ਵਲੀਆਂ ਦੇ ਨਾਂ 'ਤੇ ਬੋਲ ਸੁਭਾਨ ਅੱਲਾ ਹੇ ਬਾਬਾ ਹਜ਼ਰਤ ਦਾਤਾ ਅਲੀ ਹਜਵੇਰੀ ਕੋਈ ਆਮ ਬੰਦਾ ਨਹੀਂ ਮੈਂ ਆਪਣੇ ਟਾਈਮ ਦੇ ਵਿੱਚ ਰਹਿ ਕੇ ਆਪ ਦੀ ਸੀਰਤ ਆਪ ਦੇ ਕਰਾਮਾਤ ਆਪ ਦੀ ਸ਼ਾਨ ਬਿਆਨ ਕਰਨੀ ਹੈ ਅੱਜ ਵੀ ਲਾਹੌਰ ਦੀ ਨਗਰੀ 'ਤੇ ਇੱਕ ਬਾਦਸ਼ਾਹ ਪਿਆ ਵੱਸਦਾ ਇੱਕ ਦੁਨੀਆ ਦਾ ਬਾਦਸ਼ਾਹ ਏ ਜਿਹਦੀ ਕਬਰ 'ਤੇ ਕੋਈ ਨਹੀਂ ਜਾਂਦਾ ਇੱਕ ਦੀਨ ਦਾ ਬਾਦਸ਼ਾਹ ਏ ਜਿਹਦੀ ਕਬਰ 'ਤੇ ਲੋਕ ਜਾ ਕੇ ਕੁਰਾਨ ਵੀ ਪੜ੍ਹਦੇ ਨੇ ਜਾ ਕੇ ਨਬੀ 'ਤੇ ਦਰੂਦ ਵੀ ਪੜ੍ਹਦੇ ਨੇ ਹਾਂ ਤਵੱਜੋ ਗੱਲ ਸ਼ੁਰੂ ਹੋ ਗਈ ਉਹ ਹਜ਼ਰਤ ਦਾਤਾ ਅਲੀ ਹਜਵੇਰੀ ਉਹ ਪੁੱਤਰ ਸਿੱਧੇ ਹੋ ਕੇ ਬਹੁ ਪੁੱਤਰ ਪੁੱਤਰ ਇੰਜ ਨਹੀਂ ਬਈਦਾ ਸਿੱਧੇ ਹੋ ਕੇ ਬਹੁ ਉੱਧਰ ਚੱਲ ਪੁੱਤਰ ਤੂੰ ਵੀ ਸਿੱਧਾ ਹੋ ਕੇ ਬਹਿ ਇੱਧਰ ਤਵੱਜੋ ਫਰਮਾਓ ਜੀ ਹਜ਼ਰਤ ਦਾਤਾ ਅਲੀ ਹਜਵੇਰੀ ਗਜ਼ਨਵੀ ਤੋਂ ਟੁਰਿਆ ਸ਼ਹਿਜ਼ਾਦਾ ਮੈਂ ਅਗਰ ਤਫਸੀਲਨ ਬਿਆਨ ਕਰਾਂ ਤਾਂ ਤਿੰਨ ਚਾਰ ਜੁੰਮਿਆਂ ਦਾ ਮੌਜੂ ਵੇ ਮੈਂ ਪਚੀਦਾ ਗੱਲਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਬਾਬਾ ਜੀ ਪੀਰ ਨੇ ਹੁਕਮ ਲਾਇਆ ਹਜ਼ਰਤ ਦਾਤਾ ਅਲੀ ਹਜਵੇਰੀ ਨੂੰ ਕਿ ਪੁੱਤਰ ਤੂੰ ਲਾਹੌਰ ਜਾਣਾ ਕਿੱਥੇ ਜਾਣਾ ਲਾਹੌਰ ਬੜਾ ਪੁਰਾਣਾ ਸ਼ਹਿਰ ਹੈ ਲਾਹੌਰ ਜਾਣਾ ਹਿੰਦੂਆਂ ਦੀ ਬਾਦਸ਼ਾਹੀ ਸੀ ਹਿੰਦੂਆਂ ਦਾ ਰਾਜ ਸੀ ਲਾਹੌਰ ਦੇ ਅੰਦਰ ਹਿੰਦੂਆਂ ਦੀ ਹਕੂਮਤ ਸੀ ਇੱਧਰੋਂ ਦਾਤਾ ਅਲੀ ਹਜਵੇਰੀ ਰਹਿਮਤੁਲਾ ਅਲੈ ਤਸਵਫ ਦੀਆਂ ਮੰਜ਼ਲਾਂ ਕਰਾਸ ਕਰਕੇ ਜਦੋਂ ਲਾਹੌਰ ਪਹੁੰਚੇ ਨਾ ਬਾਬਾ ਜੀ ਤਵੱਜੋ ਫਰਮਾਇਆ ਜੇ ਅਤੇ ਸ਼ਾਮ ਆਪ ਨੂੰ ਪੈ ਗਈ ਉਦੋਂ ਲਾਹੌਰ ਦੇ ਦਰਵਾਜ਼ੇ ਸਨ ਜਿਵੇਂ ਜਿਹਨੂੰ ਬਾਟੀ ਗੇਟ ਕਿਹਾ ਜਾਂਦਾ ਲਾਹੌਰੀ ਗੇਟ ਕਿਹਾ ਜਾਂਦਾ ਇਹ ਅੱਠ ਦਰਵਾਜ਼ੇ ਸਨ ਕਿੰਨੇ ਅੱਠ ਲਾਹੌਰ ਦੇ ਅੱਠ ਦਰਵਾਜ਼ੇ ਸਨ ਉਹਨਾਂ ਅੱਠਾਂ ਦਰਵਾਜ਼ਿਆਂ 'ਚੋਂ ਕਰਾਸ ਹੋ ਕੇ ਅਤੇ ਫਿਰ ਬੰਦਾ ਲਾਹੌਰ ਦੇ ਅੰਦਰ ਦਾਖਲ ਹੁੰਦਾ ਸੀ ਕੁਝ ਦਰਵਾਜ਼ੇ ਹਜੇ ਵੀ ਮੌਜੂਦ ਨੇ ਲਾਹੌਰੀ ਗੇਟ ਮਸ਼ਹੂਰ ਹੈ ਬਾਟੀ ਗੇਟ ਮਸ਼ਹੂਰ ਹੈ ਜਿਹੜੇ ਦਰਵਾਜ਼ੇ ਉਸ ਦੌਰ ਦੇ ਨੇ ਹਜੇ ਵੀ ਮੌਜੂਦ ਨੇ ਜੁਮਲੇ ਸੁਣਿਆ ਜੇ ਜਦੋਂ ਹਜ਼ਰਤ ਦਾਤਾ ਅਲੀ ਹਜਵੇਰੀ ਰਹਿਮਤੁਲਾ ਅਲੈ ਆਪ ਲਾਹੌਰ ਪਹੁੰਚੇ ਮੁਸਲਮਾਨ ਭਾਈਆ ਜ਼ਰਾ ਦਰਦ ਦਿਲ ਨਾ ਸੁਣੀ ਕਿਉਂਕਿ ਅਸੀਂ ਤਾਂ ਗੱਲ ਕਰਨੀ ਅੱਲਾ ਦੇ ਯਾਰਾਂ ਦੀ ਕਿਹਦੀ ਗੱਲ ਕਰਨੀ ਅੱਲਾ ਦੇ ਮੁਨਕਰ ਇੱਥੇ ਆ ਨਹੀਂ ਸਕਦਾ ਕਿਉਂ ਇਹ ਮਸਜਿਦ ਹੀ ਅੱਲਾ ਵਾਲਿਆਂ ਦੀ ਹੈ ਇੱਥੇ ਜ਼ਿਕਰ ਜਦੋਂ ਹੋਣਾ ਅੱਲਾ ਵਾਲਿਆਂ ਦਾ ਹੋਣਾ ਇਸ ਮਿੰਬਰ ਤੋਂ ਜਦੋਂ ਜ਼ਿਕਰ ਹੋਣਾ ਅੱਲਾ ਵਾਲਿਆਂ ਦਾ ਹੋਣਾ ਬਾਬਾ ਜੀ ਅਨ ਕਰੀਬ ਆਪ ਦਾ ਉਰਸ ਹੈ ਤਿਆਰੀਆਂ ਸ਼ੁਰੂ ਨੇ ਅੱਲਾ ਤੁਹਾਨੂੰ ਜਾਣਾ ਨਸੀਬ ਕਰੇ ਅਤੇ ਫਿਰ ਮੰਜ਼ਰ ਵੇਖਿਆ ਜੇ ਜਦੋਂ ਦਾਤਾ ਅਲੀ ਹਜਵੇਰੀ ਰਹਿਮਤੁਲਾ ਅਲੈ ਸ਼ਾਮ ਪੈ ਗਈ ਲਾਹੌਰ ਤੋਂ ਬਾਹਰ ਆਪਨੇ ਡੇਰਾ ਲਾਇਆ ਤਵੱਜੋ ਫਰਮਾਇਆ ਜੇ ਅਤੇ ਆਪਨੇ ਮੁਰਸ਼ਿਦ ਨੂੰ ਫਰਮਾਇਆ ਅਰਜ਼ ਕੀਤੀ ਹਜ਼ੂਰ ਮੇਰਾ ਤਾਂ ਪੀਰ ਭਾਈ ਜ਼ੰਜਾਨੀ ਰਹਿਮਤੁਲਾ ਅਲੈ ਵੀ ਉੱਥੇ ਨੇ ਆਪਨੇ ਫਰਮਾਇਆ ਤੁਸੀਂ ਜਾਓ ਤਾਂ ਸਹੀ ਇੱਧਰੋਂ ਹਜ਼ਰਤ ਦਾਤਾ ਸਾਹਿਬ ਜਾ ਰਹੇ ਨੇ ਉੱਧਰੋਂ ਆਪ ਦੇ ਪੀਰ ਭਾਈ ਦਾ ਜਨਾਜ਼ਾ ਹਾਏ ਹਾਏ ਮੁਰਸ਼ਿਦ ਨੂੰ ਪਤਾ ਹੁੰਦਾ ਮੁਰਸ਼ਿਦ ਨੂੰ ਬੋਲੋ ਤਾਂ ਸਹੀ ਮੁਰਸ਼ਿਦ ਨੂੰ ਪੀਰ ਨੂੰ ਪਤਾ ਹੁੰਦਾ ਬਾਬਾ ਜੀ ਤਵੱਜੋ ਫਰਮਾਇਆ ਜੇ ਪੀਰ ਹੋਵੇ ਅਤੇ ਫਿਰ ਪੀਰੇ ਕਾਮਿਲ ਹੋਵੇ ਅਤੇ ਫਿਰ ਇੰਝ ਦਾ ਪੀਰ ਹੋਵੇ ਅਤੇ ਮੁਰੀਦ ਦੀ ਖਬਰ ਵੀ ਲੈਂਦਾ ਹੋਵੇ ਫਿਰ ਇੰਝ ਦਾ ਪੀਰ ਹੋਵੇ ਕਿ ਮੁਰਸ਼ਿਦ ਇੰਝ ਦਾ ਹੋਵੇ ਕਿ ਮੁਸ਼ਕਲ ਪੀ ਮੁਰੀਦ ਦੇ ਆਵੇ ਅਤੇ ਸਿਰ 'ਤੇ ਵੀ ਪਹੁੰਚ ਜਾਵੇ ਹਜ਼ਰਤ ਸਖੀ ਸੁਲਤਾਨ ਬਾਹੋ ਰਹਿਮਤੁਲਾ ਅਲੈਹ ਨੇ ਕਲਮ ਉਠਾਈ ਹੈ ਹਜ਼ਰਤ ਸੁਲਤਾਨ ਉਲਾਰਫੀਨ ਫਰਮਾਉਂਦੇ ਨੇ ਬੇ ਬਿਸਮਿਲਲਾ ਹਿਸੈਨ ਮੈਂ ਅੱਲਾ ਦਾ ਹੇ ਵੀ
ਸ਼ਫਾਅਤ ਸਰੇ ਹਰੇ ਆਲਮ ਛੁੱਟ ਸੀ ਆਲਮ ਸਾਰਾ ਹਾਂ ਹੱਦਾਂ ਬੇਹੱਦ ਤੇਰਾ ਨਬੀ ਤੇ ਜਿਸ ਦਾ ਪਸਾਰਾ ਹਾਂ ਜਦੋਂ ਦਾਤਾ ਅਲੀ ਹਜਵੇਰੀ ਸਨ ਜਦੋਂ ਹੀ ਅਲੀ ਹਜਵੇਰੀ ਲਾਹੌਰ ਦੀ ਸਰਜ਼ਮੀਨ ਤੇ ਆਏ ਨੇ ਅੱਗੋਂ ਜਨਾਬੇ ਸੰਜਾਨੀ ਦਾ ਜਨਾਜ਼ਾ ਆ ਰਿਹਾ ਹੈ ਆਪ ਕਿਸੇ ਨੂੰ ਪੁੱਛਦੇ ਨੇ ਕਿਹਦਾ ਜਨਾਜ਼ਾ ਹੈ ਫਰਮਾਇਆ ਏ ਜਨਾਬੇ ਸੰਜਾਨੀ ਦਾ ਜਨਾਜ਼ਾ ਹੈ ਬਾਬਾ ਜੀ ਜੁਮਲੇ ਸੁਣਿਆ ਨੇ ਦਾਦਾ ਸਾਹਿਬ ਨੇ ਗਜ਼ਨਵੀ ਵਾਲੀ ਚਿਹਰਾ ਕਰ ਲਿਆ ਹੈ ਹਰਜ ਕਰਦੇ ਨੇ ਪੀਰਾ ਤੈਨੂੰ ਮੰਨ ਗਿਆ ਵਾ ਜੋ ਤੂੰ ਜਾਣਨਾ ਏ ਉਹ ਮੈਂ ਸੁਣੀ ਅੱਲਾ ਦੀ ਕਸਮ ਹੈ ਤੇਰੀ ਰੂਹ ਕੰਬ ਜਾਏਗੀ ਇਧਰੋਂ ਪੀਰ ਭਾਈ ਦਾ ਜਨਾਜ਼ਾ ਹਜ਼ਰਤ ਦਾਦਾ ਅਲੀ ਹਜਵੇਰੀ ਨੇ ਪੜਾਇਆ ਹੈ ਫਰਮਾਇਆ ਲਾਹੌਰ ਵਾਲਿਓ ਪਰੇਸ਼ਾਨ ਨਾ ਹੋਇਆ ਜੇ ਇੱਕ ਸ਼ੇਰ ਗਿਆ ਹੈ ਦੂਸਰਾ ਆ ਗਿਆ ਜੀ ਜੀ ਹਜ਼ਰਾ ਜੁਮਲੇ ਸੁਣਿਆ ਰੇ ਜਦੋਂ ਅਲੀ ਹਜਵੇਰੀ ਨੇ ਲਾਹੌਰ ਤੇ ਡੇਰਾ ਲਾਇਆ ਹੈ ਜਦੋਂ ਮੇਰੇ ਮੁਰਸ਼ਿਦ ਨੇ ਡੇਰਾ ਲਾਇਆ ਹੈ ਜਦੋਂ ਦਾਤਾ ਸਾਹਿਬ ਨੇ ਲਾਹੌਰ ਡੇਰਾ ਲਾਇਆ ਹੈ ਬਾਬਾ ਜੀ ਤਸਵੀਰ ਪੜੀ ਜਾ ਰਹੇ ਨੇ ਰੱਬ ਰੱਬ ਕਰੀ ਜਾ ਰਹੇ ਨੇ ਸੁਣੀ ਹੱਲਾ ਹੱਲਾ ਕਰੀ ਜਾ ਰਹੇ ਨੇ ਇਧਰੋਂ ਫਕੀਰ ਦੀ ਤਸਵੀਰ ਵੀ ਫਿਰਦੀ ਹੈ ਇਧਰੋਂ ਹਿੰਦੂਆਂ ਦੇ ਦਿਲ ਫਿਰੀ ਪੈ ਜਾਂਦੇ ਨੇ ਜਿਹੜਾ ਅਲੀ ਹਜਵੇਰੀ ਨੂੰ ਮਿਲਦਾ ਹੈ ਉਹੀ ਕਲਮਾ ਪੜ ਕੇ ਮੁਸਲਮਾਨ ਹੋ ਜਾਂਦਾ ਹੈ ਗਵਰਨਰ ਲਾਹੌਰ ਨੂੰ ਪਤਾ ਚੱਲਿਆ ਹਿੰਦੂ ਸੀ ਪਤਾ ਚੱਲਿਆ ਕੋਈ ਬਾਬਾ ਆਇਆ ਹਾਏ ਹਾਏ ਹੋਸ਼ ਨਾ ਪਈ ਅੱਜ ਹੋਸ਼ ਨਾਲ ਕੋਈ ਬਾਬਾ ਆਇਆ ਜਿਹਦਾ ਨਾਂ ਅਲੀ ਬਿਨ ਉਸਮਾਨ ਹੈ ਸੁਣਿਆ ਪਾਕਿਸਤਾਨ ਅਫਗਾਨਿਸਤਾਨ ਜੋ ਆਇਆ ਹੈ ਜਿੱਧਰ ਨਜ਼ਰ ਪਾਉਂਦਾ ਹੈ ਮੁਹੰਮਦ ਦਾ ਗੁਲਾਮ ਬਣਾਈ ਜਾਂਦਾ ਜੀ 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 ਜਿੱਧਰ ਨਜ਼ਰ ਪਾਉਂਦਾ ਹੈ ਗਵਰਨਰ ਬਾਬਾ ਜੀ ਬੜਾ ਗੁੱਸਾ ਆਇਆ ਉਹਨੇ ਸਿਪਾਹੀਆਂ ਨੂੰ ਭੇਜਿਆ ਉਹਨੇ ਆਖਿਆ ਜਾਓ ਬਾਬੇ ਨੂੰ ਕਹਿ ਦਿਓ ਰਾਵੀ ਦੇ ਕੰਢੇ ਤੂੰ ਡੇਰਾ ਪੁੱਟ ਲੈ ਲਾਹੌਰ ਸਾਡਾ ਹੈ ਲਾਹੌਰ ਸਾਡਾ ਹੈ ਇੱਥੇ ਇੱਧਰ ਵੇਖੀ ਇੱਥੇ ਕੋਈ ਫਕੀਰ ਨਹੀਂ ਆ ਸਕਦਾ ਇੱਥੇ ਕੋਈ ਅੱਲਾ ਵਾਲਾ ਨਹੀਂ ਆ ਸਕਦਾ ਇੱਥੇ ਕੋਈ ਦਰਵੇਸ਼ ਨਹੀਂ ਆ ਸਕਦਾ ਅੱਲਾ ਦੀ ਕਸਮ ਸਿਆਲ ਕੋਟੀਆ ਜ਼ਰਾ ਤਵੱਜੋ ਕਰਨੀ ਆ ਜਦੋਂ ਸਪਾਈ ਮੇਰੇ ਦਾਦਾ ਦੀ ਕੋਲ ਆਏ ਨੇ ਆਪ ਕੱਚੀ ਜੀ ਕੁੱਲੀ ਬਣਾਈ ਹੈ ਆਪ ਕਾਨੀਆਂ ਦੀ ਕੁੱਲੀ ਬਣਾਈ ਆ ਅੱਲਾ ਅੱਲਾ ਪਿਆ ਕਰਦਾ ਹੈ ਦਰਵੇਸ਼ ਹੀ ਅੱਲਾ ਦੀ ਯਾਦ ਵਿੱਚ ਜ਼ਿੰਦਗੀ ਪਿਆ ਗੁਜ਼ਾਰਦਾ ਹੈ ਮੁਸਲਮਾਨ ਬਾਈਆ ਅੰਦਰ ਜਜ਼ਬਾ ਲੈ ਕੇ ਬਹਿਣਾ ਹੀ ਇੱਕ ਸਪਾਈ ਅੰਦਰ ਆਇਆ ਕਹਿਣ ਲਗਾ ਬਾਬਾ ਕੁੱਲੀ ਪੁੱਟ ਦੇ ਤੂੰ ਲਾਹੌਰ ਨਹੀਂ ਰਹਿ ਸਕਦਾ ਦਾਤਾ ਸਾਹਿਬ ਨੇ ਕੁਰਾਨ ਬੰਦ ਕੀਤਾ ਤਵੱਜੋ ਕੁਰਾਨ ਬੰਦ ਕਰਕੇ ਸੀਨੇ ਲਾ ਲਿਆ ਫਰਮਾਇਆ ਕੀ ਆਖਿਆ ਜੇ ਆਖਣ ਲੱਗੇ ਸਾਨੂੰ ਗਵਰਨਰ ਦਾ ਹੁਕਮ ਹੈ ਕੁੱਲੀ ਪੁੱਟ ਇੱਥੋਂ
ਚਲਾ ਜਾ ਲਾਹੌਰ ਚੋਂ ਦੂਰ ਹੋ ਜਾ। ਦਾਤਾ ਸਾਹਿਬ ਮੁਸਕਰਾ ਕੇ ਫਰਮਾਉਂਦੇ ਨੇ ਆਪਣੇ ਗਵਰਨਰ ਨੂੰ ਆਖਿਆ ਜੇ ਲਾਹੌਰ ਵੀ ਸਾਡਾ ਏ ਤੁਸੀਂ ਵੀ ਸਾਡੇ ਇੱਥੇ ਸੁਣ ਹੁਣ ਲਾਹੌਰ ਵੀ ਮੇਰਾ ਏ ਤੁਸੀਂ ਜਾਣ ਦੀਆਂ ਗੱਲਾਂ ਕਰਦੇ ਆ ਮੇਰਾ ਮਜ਼ਾਰ ਵੀ ਲਾਹੌਰ ਬਣਨਾ ਏ ਮੇਰਾ ਦਰਬਾਰ ਵੀ ਲਾਹੌਰ ਵਸਣਾ ਏ। ਬਾਬਾ ਜੀ ਬੜਾ ਗੁੱਸਾ ਆਇਆ ਸਿਪਾਹੀਆਂ ਨੂੰ ਉਹਨੇ ਆਖਿਆ ਬਾਬਾ ਜਾਣੇ ਕਿ ਨਹੀਂ ਜਾਣਾ ਆ ਫਰਮਾਉਂਦੇ ਨੇ ਨਹੀਂ ਜਾਣਾ ਹੁਣ ਬਾਬਾ ਜੀ ਅੱਗ ਨੇੜੇ ਕੀਤੀ ਏ ਆਖਣ ਲੱਗੇ ਬਾਬਾ ਅਗਰ ਨਾ ਜਾਏਗਾ ਤੇਰੀ ਕੁੱਲੀ ਨੂੰ ਅੱਗ ਲਾ ਦਿਆਂਗੇ। ਦਾਤਾ ਸਾਹਿਬ ਮੁਸਕਰਾ ਕੇ ਫਰਮਾਉਂਦੇ ਨੇ ਹੋਏ ਕੁਫਰਿਸਤਾਨ ਵਿੱਚ ਵਸਣ ਵਾਲਿਆ ਮੇਰੀ ਕੁੱਲੀ ਨੂੰ ਜਲਾਉਣ ਵਾਲਿਆ ਇਹ ਕੁੱਲੀ ਵਸਦੀ ਰਹਿਣੀ ਏ ਤੁਹਾਡੇ ਮਹੱਲਾਂ 'ਚ ਆ ਕੇ ਲੱਗ ਜਾਣੀ ਤੁਹਾਡੇ ਗਵਰਨਰ ਦੇ ਮਹੱਲ ਆ ਕੇ ਲੱਗ ਗਈ ਆ। ਦਾਤਾ ਸਾਹਿਬ ਨੇ ਵਚਨ ਵਿੱਚ ਆ ਕੇ ਫਰਮਾਇਆ ਅੱਲਾਹੋ 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 ਇਧਰੋਂ ਫਕੀਰ ਦੀ ਅੱਲਾਹੂ ਦੀ ਸਦਾ ਆਈ ਆ। ਬਾਬਾ ਜੀ ਅੱਗ ਗਵਰਨਰ ਦੇ ਵੇੜੇ ਲੱਗ ਗਈ ਏ ਦੌੜ ਕੇ ਆਇਆ ਏ ਆਖਣ ਲੱਗਾ ਬਾਬਾ ਕੈਸਾ ਆਏ ਉਹਨੇ ਆਖਿਆ ਗਵਰਨਰ ਬਾਬੇ ਨੂੰ ਹੱਥ ਨਾ ਪਾਈ ਬਾਬੇ ਨੂੰ ਸਤਾਈ ਨਾ ਇਹ ਕੋਈ ਅੱਲਾਹ ਵਾਲਾ ਲੱਗਦਾ ਬਾਤ ਏ ਕਿਆ ਬਾਤ ਏ ਕੋਈ ਅੱਲਾਹ ਵਾਲਾ ਏ ਉਹਨੇ ਉੱਥੇ ਬਹਿ ਕੇ ਆਖਿਆ ਏ ਗਵਰਨਰ ਨੂੰ ਆਖੋ ਅੱਗ ਤੇਰੀ ਕੋਠੀ 'ਚ ਲੱਗ ਗਈ ਆ। ਬਾਬਾ ਨੇ ਆਖਿਆ ਅੱਗ ਲੱਗ ਗਈ ਹੈ ਪੂਰੇ ਲਾਹੌਰ 'ਚ ਚਰਚੇ ਆ ਰਹੇ ਨੇ ਜਿਹੜਾ ਹਿੰਦੂ ਹੀ ਆਉਂਦਾ ਏ ਇੱਕ ਹਿੰਦੂ ਕਹਿੰਦਾ ਬਾਬਾ ਇਹ ਤਸਵੀਰ 'ਚ ਕੀ ਪਿਆ ਕਰਨਾ ਏ ਆਪ ਨੇ ਫਰਮਾਇਆ ਅੱਖਾਂ ਬੰਦ ਕਰ ਜਦੋਂ ਹਿੰਦੂ ਨੇ ਅੱਖਾਂ ਬੰਦ ਕੀਤੀਆਂ ਨੇ ਮੇਰੇ ਦਾਤਾ ਸਾਹਿਬ ਨੇ ਅੱਖਾਂ 'ਤੇ ਹੱਥ ਰੱਖਿਆ ਏ ਹਿੰਦੂ ਕਸ਼ ਖਾ ਕੇ ਜ਼ਮੀਨ 'ਤੇ ਡਿੱਗ ਪਿਆ ਏ ਜਦੋਂ ਹੋਸ਼ ਆਈ ਆ ਦਾਤਾ ਸਾਹਿਬ ਆਉਂਦੇ ਨੇ ਬੋਲ ਆਂਦਾ ਕੀ ਬੋਲਾ ਮਦੀਨਾ ਸਾਹਮਣੇ ਨਜ਼ਰ ਆ ਗਿਆ ਜ਼ਿੰਦਾਬਾਦ। ਐਂ ਤੈਨੂੰ ਲੁਤਫ ਨਾ ਆਇਆ ਤੇ ਗੱਲ ਕਰੀ ਫਰਮਾਇਆ ਲਾਹੌਰ ਸਾਡਾ ਲਾਹੌਰ ਦੱਸੋ ਅੱਜ ਵੀ ਕਿਹਦਾ ਲਾਹੌਰ ਹੈ ਦਾਤਾ ਦਾ ਮੁੱਕ ਗਏ ਨੇ ਨਾ ਕਾਫਰ ਮੁੱਕ ਗਏ ਨੇ ਨਾ ਹੁਕਮਰਾਨ ਦਾਤਾ ਦਾ ਡੰਕਾ ਅੱਜ ਵੀ ਪਿਆ ਵੱਜਦਾ ਹੈ। ਆਏ ਹਾਏ ਸੁਣੋ ਵਲੀਆਂ ਦਾ ਮੰਨਣ ਵਾਲਿਆ ਸੁਣੋ ਵਲੀਆਂ ਦੇ ਬੂਵਿਆਂ 'ਤੇ ਜਾਣ ਵਾਲਿਆ ਆਮ ਬੰਦਾ ਨਹੀਂ ਦਾਤਾ ਅਲੀ ਹਜਵੇਰੀ ਨਾਲੇ ਫਕੀਰ ਨਾ ਮੱਥਾ ਕੌਣ ਲਾਵੇ ਜਿਹਦੀ ਯਾਰੀ ਉਹਦੇ ਨਾਲ ਹੈ ਇੱਥੇ ਬੰਦਾ ਚੇਅਰਮੈਨ ਬਣ ਜਾਏ ਤੇ ਉਹਦੀ ਆਕੜ ਹੀ ਨਹੀਂ ਪਾਈ ਜਾਂਦੀ ਉਹ ਆਉਂਦਾ ਮੇਰੀ MNA ਨਾਲ ਗੱਲ ਏ ਮੇਰੀ MPA ਨਾਲ ਗੱਲ ਏ ਮੈਂ ਤੁਹਾਨੂੰ ਕੀ ਮੰਨਣਾ ਉਹ ਚੱਲਿਓ ਮੈਨੂੰ ਇਮਾਨਦਾਰੀ ਨਾ ਦੱਸੋ ਯਾਰ ਆ ਜੁੰਮੇ ਦਾ ਦੇਣ ਉਹ ਜਿਹਦੀ MNA ਨਾਲ ਹੋਵੇ ਉਹਦੀ ਟੋਰ ਨਹੀਂ ਪਾਈ ਜਾਂਦੀ ਅਤੇ ਜਿਹਦੀ ਰੱਬ ਨਾਲ ਹੋਵੇ ਸੁਣ ਕੇ ਜਾ ਜੇ ਤੇਰਾ ਦਿਲ ਨਾ ਮਚਲਿਆ ਤਾਂ ਗੱਲ ਕਰੀ ਲੱਗ ਗਿਆ ਡੇਰਾ ਫਕੀਰ ਦਾ ਲਾਹੌਰ ਦੀ ਨਗਰੀ 'ਚ ਹੁਣ ਕੋਈ ਮਾਈ ਦਾ ਲਾਲ ਪੁੱਟ ਕੇ ਵਿਖਾਏ ਜਦੋਂ ਫਕੀਰ ਆਉਂਦੇ ਨੇ ਨਾ ਸਾਡੇ ਸਿਆਲਕੋਟ ਬਾਹਰੋਂ ਫਕੀਰ ਆਏ ਨੇ ਬੜਿਆਂ ਨੇ ਆਖਿਆ ਬਾਬਾ ਕੀ ਕਵੇਂਗਾ ਮਰ ਜਾਏਗਾ ਭੁੱਖਾ ਫਰਮਾਇਆ ਤੁਸਾਂ ਵੀ ਮੇਰੇ ਬੂਵੇ ਤੋਂ ਹੀ ਲੰਗਰ ਖਾਣਾ ਹਾਏ 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 ਸਮਝੇ ਨਹੀਂ ਨੁਕਤਾ ਜਿਹਨੂੰ ਆਉਂਦੇ ਸਨ ਨਾ ਬਾਬਾ ਭੁੱਖਾ ਮਰ ਜਾਏਗਾ ਫਰਮਾਇਆ ਇੱਕ ਦਿਨ ਆਉਣਾ ਤੁਹਾਡੀਆਂ ਨਸਲਾਂ ਵੀ ਮੇਰੇ ਬੂਵੇ ਤੋਂ ਪੱਲਣਗੀਆਂ
ਵੇਖ ਜਾ ਕੇ ਸਿਆਲਕੋਟ ਦੀ ਨਗਰੀ 'ਚ ਬੜੇ ਨਹੀਂ ਬਜ਼ੁਰਗ, ਅਗਰ ਨਾ ਲਾਵਾਂ ਤਾਂ ਟਾਈਮ ਬੜਾ। ਜੁਮਲੇ ਸੁਣਿਆ ਜੀ ਬਾਬਾ, ਦਾਤਾ ਸਾਹਿਬ ਆ ਗਏ, ਡੇਰਾ ਲੱਗ ਗਿਆ। ਅੱਲਾ 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 ਵਾਲੇ ਹੈ ਸਰ ਜੋ ਅੱਲਾ ਸੇ ਮਿਲਾ ਦੇਤੇ ਹੈ। ਕਿਹੜੇ ਨੇ? ਅੱਲਾ ਵਾਲੇ। ਕਦੀ ਅੱਲਾ ਵਾਲੇ ਕੋਲ ਬਹਿ ਤੇ ਸਹੀ ਤੇਰੇ ਦਿਲ 'ਚ। ਅੱਜ ਵੀ ਤੁਸੀਂ ਦਾਤਾ ਸਾਹਿਬ ਟੁਰ ਜਾਓ ਸਰਗੀ ਟਾਈਮ, ਧੱਜੇ ਟਾਈਮ ਜਾਈ। ਮੈਂ ਤੁਹਾਨੂੰ ਇੱਕ ਗੁਰ ਦੀ ਗੱਲ ਦੱਸਾਂ, ਕੋਈ ਵੀ ਕੰਮ ਹੈ, ਕੋਈ ਵੀ ਤੈਨੂੰ ਪਰੇਸ਼ਾਨੀ ਹੈ, ਧੱਜੇ ਦੀ ਨਮਾਜ਼ ਉੱਥੇ ਜਾ ਕੇ ਪੜ੍ਹੀ, ਤੈਨੂੰ ਐਸੇ ਐਸੇ ਚਿਹਰੇ ਨਜ਼ਰ ਆਉਣਗੇ ਤੈਨੂੰ ਉੱਥੇ। ਇਹ ਜਿਹੜੇ ਸਾਰੇ ਵਲੀ ਜਿਹੜੇ ਪਿੱਛੇ ਗੁਜ਼ਰ ਗਏ ਨੇ ਨਾ, ਇਹ ਡਿਊਟੀਆਂ ਦੇ ਕੇ ਗਏ ਨਹੀਂ ਮੇਰੇ ਦਾਤਾ ਦੀਆਂ, ਇਹ ਡਿਊਟੀਆਂ ਦੇ ਕੇ ਗਏ ਨਹੀਂ ਮੇਰੇ ਦਾਤਾ ਦੀਆਂ। ਤਵੱਜੋ ਫਰਮਾਇਆ ਜੇ, ਗੱਲ ਬੜੀ ਸੁਣਨ ਵਾਲੀ। ਹਜ਼ਰਤ ਦਾਤਾ ਅਲੀ ਅਜਵੇਰੀ ਆਪ ਨੇ ਰਾਵੀ ਦੇ ਕੰਢੇ ਨਾ ਇੱਧਰ ਤਵੱਜੋ ਡੇਰਾ ਲਾ ਲਿਆ। ਉਦੋਂ ਜਿਹਦੇ ਜਿੱਥੇ ਹੁਣ ਰਾਵੀ ਉੱਥੇ ਰਾਵੀ ਨਹੀਂ ਸੀ, ਉਦੋਂ ਸ਼ਹਿਰ ਦੇ ਨਾਲ ਸੀ ਬਿਲਕੁਲ। ਜੁਮਲੇ ਸੁਣਿਆ ਜੀ ਬਾਬਾ, ਤਵੱਜੋ ਕਰਿਓ। ਫਕੀਰ ਸੀ ਅਤੇ ਫਕੀਰ ਦੀ ਕੁੱਲੀ ਨੂੰ ਕੌਣ ਜਲਾਵੇ? ਉੱਥੋਂ ਆਵਾਜ਼ ਆਈ, ਤੁਸੀਂ ਜੰਮ ਕੇ ਵੀ ਮੇਰੇ ਫਕੀਰ ਦੀ ਕੁੱਲੀ ਨੂੰ ਹੱਥ ਨਹੀਂ ਪਾ ਸਕਦੇ। ਕਿਉਂ? ਇਹ ਦੁਨੀਆਦਾਰ ਦਾ ਬੰਦਾ ਨਹੀਂ, ਇਹ ਰੱਬੁਲ ਆਲਮੀਨ ਦਾ ਬੰਦਾ ਹੈ। ਤਵੱਜੋ ਜੀ, ਮਾਈ ਨੇ ਸਿਰ 'ਤੇ ਨਾ ਮਟਕਾ ਚੁੱਕਿਆ, ਤਵੱਜੋ ਕਰਿਓ। ਦੁੱਧ ਲੈ ਕੇ ਜਾ ਰਹੀ ਹੈ, ਸੁਣਾ ਦਿਆਂ ਗੱਲ। ਇਹ ਉਰਸ 'ਤੇ ਸਬੀਲ ਲੱਗਦੀ ਦੁੱਧ ਦੀ, ਪੂਰੇ ਪਾਕਿਸਤਾਨ 'ਚ ਚੈਲੇਂਜ ਹੈ, ਮੈਨੂੰ ਕੋਈ ਐਡੀ ਵੱਡੀ ਸਬੀਲ ਕਿਸੇ ਦਰਬਾਰ 'ਤੇ ਵਿਖਾਓ, ਵਿਖਾਓ ਐਡੀ ਵੱਡੀ ਸਬੀਲ। ਸਾਰੇ ਲਾਹੌਰ ਦੇ ਕੀ, ਹੁਣ ਤਾਂ ਬਾਹਰ ਦੇ ਸ਼ਹਿਰਾਂ ਦੇ ਗੁੱਜਰ ਵੀ ਲੋਕ ਉੱਥੇ ਦੁੱਧ ਲੈ ਕੇ ਜਾ ਰਹੇ ਨੇ। ਵਜ੍ਹਾ ਕੀ? ਤਵੱਜੋ ਕਰੋ ਬਾਬਾ ਜੀ, ਇੰਝ ਉਹਨੇ ਮਟਕਾ ਚੁੱਕਿਆ ਦੁੱਧ ਦਾ, ਜਾ ਰਹੀ ਹੈ। ਰਸਤੇ ਵਿੱਚ ਨਾ ਹਜ਼ਰਤ ਦਾਤਾ ਅਲੀ ਜਵੇਰੀ ਦਾ ਡੇਰਾ ਸੀ, ਆਪ ਨੂੰ ਛੋਟੀ ਜਿਹੀ ਕੁੱਲੀ ਲਾਈ, ਉਦੋਂ ਮਰੀਦ ਵੀ ਥੋੜ੍ਹੇ ਸਨ, ਮੁਸਲਮਾਨ ਵੀ ਥੋੜ੍ਹੇ ਸਨ। ਜੁਮਲੇ ਸੁਣਿਓ, ਮਾਈ ਵੀ ਜਾਂਦੀ ਹੈ, ਆਪ ਨੇ ਇੱਕ ਮੁਰੀਦ ਨੂੰ ਫਰਮਾਇਆ, ਇਹ ਅੰਮਾ ਨੂੰ ਪੁੱਛ ਵੀ ਕਿੱਥੇ ਦੁੱਧ ਲੈ ਕੇ ਜਾ ਰਹੀ ਹੈ। ਤਵੱਜੋ ਕਰਿਓ, ਉਹ ਮਰੀਦ ਗਿਆ, ਉਹਨੇ ਕਿਹਾ ਅੰਮਾ ਜੀ ਸਾਨੂੰ ਤੁਹਾਨੂੰ ਸਾਡੇ ਮੁਰਸ਼ਿਦ ਸਾਡੇ ਪੀਰ ਬੁਲਾ ਰਹੇ ਨੇ। ਤਵੱਜੋ ਕਰੀ ਜ਼ਰਾ ਜੁਮਲੇ ਵੱਲ। ਅੱਛਾ, ਮਾਈ ਆ ਗਈ, ਉਹਨੇ ਕਿਹਾ ਜੀ ਬਾਬਾ, ਹਜ਼ੂਰ ਦਾਤਾ ਸਾਹਿਬ ਫਰਮਾਉਂਦੇ ਨੇ ਅੰਮਾ ਦੁੱਧ ਕਿੱਥੇ ਲੈ ਕੇ ਜਾ ਰਹੀ ਹੈ? ਆਖਣ ਲੱਗੀ, ਮੈਂ ਤਾਂ ਇੱਥੇ ਰਾਜੂ ਜਾਦੂਗਰ ਰਹੇ ਉਹਦੇ ਕੋਲ ਦੁੱਧ ਲੈ ਕੇ ਜਾ ਰਹੀ ਹਾਂ, ਅਤੇ ਮੈਂ ਰੋਜ਼ਾਨਾ ਉੱਥੇ ਲੈ ਕੇ ਜਾਂਦੀ ਹਾਂ। ਹਜ਼ੂਰ ਦਾਤਾ ਸਾਹਿਬ ਫਰਮਾਉਂਦੇ ਨੇ ਵੀ ਜਾਦੂਗਰਾਂ ਨੂੰ ਵੀ ਦੁੱਧ ਦੇਈਦੇ ਨੇ। ਕਹਿਣ ਲੱਗੀ, ਜੀ ਬਾਬਾ ਮੈਂ ਉੱਥੇ ਹਰ ਰੋਜ਼ਾਨਾ ਲੈ ਕੇ ਜਾਂਦੀ ਹਾਂ। ਆਪਨੇ ਫਰਮਾਇਆ, ਜੇ ਨਾ ਜਾਵੇਂ ਤੇ? ਹਾਂ, ਬੋਲਿਓ ਬੋਲਿਓ ਜ਼ਰਾ ਜਾ ਕੇ ਬਾਈ, ਤੈਨੂੰ ਪਤਾ ਲੱਗੇ ਜੇ ਨਾ ਜਾਵੇਂ ਤੇ? ਉਹਨੇ ਕਿਹਾ, ਬਾਬਾ ਖੁਦਾ ਦਾ ਇੰਜ ਨਾ ਇਹ ਗੱਲ ਨਾ ਕਰੀ, ਨਾ ਜਾਵੀਂ ਮੈਂ ਤਾਂ ਤਬਾਹ ਹੋ ਜਾਣਾ, ਬਰਬਾਦ ਹੋ ਜਾਣਾ। ਹਜ਼ੂਰ ਦਾਤਾ ਸਾਹਿਬ ਆਉਂਦੇ ਨੇ, ਕਿਉਂ ਮਾਈ ਕਿਉਂ ਕੰਮ ਨਹੀਂ ਪੀਏ? ਉਹਨੇ ਕਿਹਾ, ਉਹ ਬੜਾ ਡਾਢਾ ਹੈ, ਉਹ ਬੜਾ ਡਾਢਾ ਬਾਬਾ, ਅਗਰ ਦੁੱਧ ਉਹਦੇ ਦਿਨਾਂ ਨਾ ਪਹੁੰਚਾਈਏ ਸਾਡੀਆਂ ਤੇ ਮੱਝਾਂ ਦੇ ਥਣਾਂ ਵਿੱਚ ਖੂਨ ਆਉਂਦਾ ਹੈ, ਦੁੱਧ ਨਹੀਂ ਆਉਂਦਾ, ਉਹ ਬੜਾ ਡਾਢਾ ਹੈ। ਹਜ਼ੂਰ ਦਾਤਾ ਸਾਹਿਬ ਮੁਸਕੁਰਾ ਕੇ ਫਰਮਾਉਂਦੇ ਨੇ, ਜੇ ਉਹ ਡਾਢਾ ਅਸੀਂ ਉਹਦੇ ਤੋਂ ਵੀ ਡਾਢੇ ਹਾਂ। ਹਾਏ 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 ਹਾਏ, ਜੇ ਉਹ ਡਾਢਾ ਤੇ ਅਸੀਂ ਉਹਦੇ ਤੋਂ ਵੀ ਡਾਢੇ। ਅੱਛਾ, ਤਵੱਜੋ ਜੀ, ਗੱਲ ਸੁਣਨ ਵਾਲੀ ਆ, ਇਮਾਨ ਤਾਜ਼ਾ ਹੋ ਜਾਏਗਾ। ਦੁਆ ਕਰੀ, ਇੰਨੀ ਗੱਲ ਕੀਤੀ ਆਪਨੇ, ਫਿਰ ਮੈਂ ਅੰਮਾ ਮਟਕਾ ਇੱਥੇ ਰੱਖ, ਜੇ ਦੁੱਧ ਦੇ ਥਣਾਂ ਵਿੱਚ ਖੂਨ ਆਇਆ ਤਾਂ ਮੈਂ ਜ਼ਿੰਮੇਦਾਰ ਹਾਂ। ਉਹਨੇ ਕਿਹਾ, ਬਾਬਾ ਵੇਖ ਲਈ, ਜ਼ਿੰਮੇਦਾਰ ਹੈ? ਉਹਨੇ ਕਿਹਾ, ਜ਼ਿੰਮੇਦਾਰ ਹਾਂ। ਦੁੱਧ ਦਿੱਤਾ, ਮੁਰੀਦ ਦੁੱਧ ਪੀ ਰਹੇ ਨੇ, ਲੰਗਰ ਜਾਰੀ ਹੋ ਗਿਆ। ਆਏ ਹਾਏ ਹਾਏ, ਲੰਗਰ ਉਹ ਮੈਂ ਨਾ ਖੁਸ਼ ਨਸੀਬ ਨਾ ਗੁੱਜਰ ਜਿਹਨਾਂ ਨੇ ਅੱਜ ਵੀ ਰੀਤ ਨਹੀਂ ਭੰਨੀ, ਅੱਜ ਵੀ ਉਹਨਾਂ ਕਜ਼ਾ ਨਹੀਂ ਕੀਤੀ। ਬਾਬਾ ਇਹ ਗੱਲਾਂ ਡੂੰਘੀਆਂ ਨੇ, ਅੱਜ ਵੀ ਪੂਰੀ ਪੇ ਕਰਦੇ ਨੇ। ਤਵੱਜੋ, ਜਦੋਂ ਇਹ ਨਹੀਂ ਗੱਲ ਕੀਤੀ ਨਾ, ਮਾਈ ਨੇ ਉੱਥੇ ਦੁੱਧ ਦਿੱਤਾ ਤੇ ਮੱਝਾਂ ਅੱਗੇ ਨਾਲ ਵੀ ਜ਼ਿਆਦਾ ਦੁੱਧ ਦੇਣ ਲੱਗ ਪਈਆਂ। ਇੱਕ ਸ਼ੈਤਾਨ ਦਾ ਸੀ, ਇੱਕ ਰਹਿਮਾਨ ਦਾ ਸੀ, ਹੁਣ ਮੁਕਾਬਲਾ ਹੋਣ ਲੱਗਾ ਨਾ ਸ਼ੈਤਾਨ ਦਾ ਤੇ ਰਹਿਮਾਨ ਦਾ। ਤੇਰੇ ਦਿਲ ਦੀ ਦੁਨੀਆ ਨਾ ਹਿੱਲੀ ਤੇ ਗੱਲ ਕਰੀ। ਬਾਬਾ ਹਫ਼ਤਾ ਗੁਜ਼ਰ ਗਿਆ, ਮਾਈ ਦੁੱਧ ਲੈ ਕੇ ਨਹੀਂ ਜਾ ਰਹੀ, ਦੁੱਧ ਦਾਤਾ ਸਾਹਿਬ ਦੇ
ਕਦਮਾਂ 'ਚ ਆ ਰਿਹਾ, ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਪੰਜ ਦਿਨ, ਛੇ ਦਿਨ, ਸੱਤ ਦਿਨ। ਜਾਦੂਗਰ ਨੇ ਆਪਣੇ ਉਹਨੂੰ ਪੁੱਛਿਆ ਨਾਲ ਵਾਲੇ ਨੂੰ, ਉਹਨੇ ਕਿਹਾ ਵੀ ਮਾਈ ਦੁੱਧ ਲੈ ਕੇ ਨਹੀਂ ਆਉਂਦੀ, ਵੀ ਖੈਰ ਵੇਖ ਤਾਂ ਸਹੀ, ਤਵੱਜੋ ਕਰੀ। ਉਹ ਬਾਬਾ ਜੀ ਜਦੋਂ ਗਿਆ ਨਾ, ਤੇ ਮਾਈ ਉੱਥੇ ਬੈਠੀ ਸੀ ਦਾਦਾ ਸਾਹਿਬ ਕੋਲ, ਅਲੀ ਹਜਵੇਰੀ ਕੋਲ ਮਟਕਾ ਰੱਖ ਕੇ ਉਹ ਦੌੜ ਕੇ ਗਿਆ। ਉਹਨੇ ਕਿਹਾ ਬਾਬਾ ਉਹ ਹੋ ਹੋ, ਮਾਈ ਤਾਂ ਉੱਥੇ ਰਾਹ 'ਚ ਇੱਕ ਬਾਬਾ ਬੈਠਾ ਤਸਬੀਹ ਲੈ ਕੇ, ਉਹ ਤੇ ਉੱਥੇ ਬੈਠੀ ਆ, ਉਹ ਤੇ ਉੱਥੇ ਦੁੱਧ ਲੈ ਕੇ ਜਾ ਰਹੀ ਆ। ਅੱਛਾ, ਰਾਜੂ ਨੇ ਆਖਿਆ ਇਹ ਗੱਲ ਮੇਰੇ ਸ਼ਹਿਰ ਵਿੱਚ ਮੇਰੇ ਇਲਾਕੇ 'ਚ ਆ ਕੇ ਕੋਈ ਇੰਜ ਦਾ ਕੰਮ ਕਰੇ, ਮੈਂ ਕਿਵੇਂ ਬਰਦਾਸ਼ਤ ਕਰਾਂਗਾ। ਬਾਬਾ ਜੁਮਲੇ ਸੁਣਿਆ ਜੇ, ਉਹਨੇ ਸਾਰੇ ਨੇ ਜੋਗੀਆਂ ਨੇ ਨਾਲ ਲਿਆ, ਜੋਗੀ ਵੀ ਆਪ ਹੀ ਆ ਗਿਆ। ਜਦੋਂ ਦਾਤਾ ਸਾਹਿਬ ਅੱਲਾ ਅੱਲਾ ਪੇ ਕਰਦੇ ਨੇ, ਕਹਿਣ ਲੱਗਾ ਬਾਬਾ ਤੂੰ ਮਾਈ ਦਾ, ਮੇਰੀ ਮਾਈ ਜਿਹੜੀ ਦੁੱਧ ਲੈ ਕੇ ਆ ਰਹੀ ਸੀ, ਤੂੰ ਮਨਾ ਕੀਤਾ? ਆਪ ਫਰਮਾਉਂਦੇ ਨੇ ਮੈਂ ਮਨਾ ਕੀਤਾ, ਕੀ ਕਰ ਲੇਗਾ। ਹਾਏ ਹਾਏ ਹਾਏ, ਤਵੱਜੋ ਫਰਮਾਈ, ਜਿੱਥੋਂ ਫਕੀਰ ਹੋਵੇ ਬਾਬਾ, ਜਦੋਂ ਫਕੀਰ ਆਪਣੀ ਆਕੜ 'ਤੇ ਆ ਜਾਏ ਫਿਰ ਨਹੀਂ ਨਾ ਬੰਦਾ, ਜੇ ਉਹ ਝੁਕਿਆ ਰਹੇ ਤਾਂ ਝੁਕਿਆ ਰਹੇ, ਜੇ ਉਹ ਆਜ਼ੀ 'ਚ ਰਹੇ ਤਾਂ ਆਜ਼ੀ 'ਚ ਰਹੇ, ਅਤੇ ਜੇ ਆਪਣੀ ਆਈ 'ਤੇ ਆ ਜਾਏ ਤਾਂ ਇਹ ਹਕੂਮਤਾਂ 'ਤੇ ਵੀ ਤਖਤ ਪਲਟ ਕੇ ਰੱਖ ਸਕਦਾ। ਬਾਬਾ ਜੀ ਜਦੋਂ ਜਾਦੂਗਰ ਨੇ ਆਖੇ ਆਏ, ਆਖਣ ਲੱਗਾ ਬਾਬਾ ਦੁੱਧ ਤੂੰ ਮਨਾ ਕੀਤਾ ਹੈ, ਦਾਤਾ ਅਲੀ ਅਜਵੇਰੀ ਫਰਮਾਨੇ ਨੇ ਦੁੱਧ ਮੈਂ ਮਨਾ ਕੀਤਾ ਹੈ। ਕਹਿਣ ਲੱਗਾ ਬਾਬਾ ਤੂੰ ਨਹੀਂ ਜਾਣਦਾ ਮੈਂ ਕੀ ਚੀਜ਼ ਆ, ਮੇਰੇ ਮਕਾਮ ਨੂੰ ਨਹੀਂ ਜਾਣਦਾ, ਮੈਂ ਬੜਾ ਗੁੱਸੇ ਵਾਲਾ ਵਾਂ, ਮੈਂ ਬੜਾ ਜਲਾਲ ਵਾਲਾ। ਦਾਤਾ ਅਲੀ ਅਜਵੇਰੀ ਫਰਮਾਨੇ ਨੇ ਕੀ ਕਰੇਗਾ, ਹਜ਼ਰਾ ਜੁਮਨੇ ਸੁਣਿਆ ਰਹੇ, ਉਹਨੇ ਹਵਾ 'ਚ ਉੱਡਣਾ ਸ਼ੁਰੂ ਕਰ ਦਿੱਤਾ ਹੈ, ਉਹਨੇ ਹਵਾ 'ਚ ਉੱਡਣਾ ਸ਼ੁਰੂ ਕਰ ਦਿੱਤਾ ਹੈ, ਇੱਧਰੋਂ ਹਵਾਵਾਂ 'ਚ ਉੱਡਦਾ ਜਾ ਰਿਹਾ ਹੈ, ਕਦੀ ਸੱਜੇ ਜਾਂਦਾ ਹੈ, ਕਦੀ ਖੱਬੇ ਆਉਂਦਾ ਹੈ। ਦਾਤਾ ਸਾਹਿਬ ਵੇਖ ਕੇ ਮੁਸਕਰਾ ਰਹੇ ਨੇ, ਉਹਦੇ ਮੰਨਣ ਵਾਲੇ ਚੇਲੇ ਬੜੇ ਖੁਸ਼ ਹੋ ਗਏ, ਸਾਡਾ ਪੀਰ ਹਵਾ ਵਿੱਚ ਪਿਆ ਉੱਡਦਾ ਹੈ, ਹਜੇ ਬਾਬੇ ਦਾ ਪਤਾ ਲੱਗ ਜਾਏਗਾ। ਅਲੀ ਹਜਵੇਰੀ ਦੇ ਮੁਰੀਦ ਹੱਥ ਬੰਨ ਕੇ ਖਲੋ ਗਏ ਨੇ, ਫਰਮਾਉਂਦੇ ਨੇ ਬਾਬਾ ਜੀ ਇਹ ਕੀ ਬਣਿਆ ਹੈ? ਫਰਮਾਇਆ ਖਮੋਸ਼ ਹੋ ਜਾ, ਇਹ ਸ਼ੈਤਾਨ ਵਾਲਾ ਹੈ, ਮੈਂ ਰਹਿਮਾਨ ਵਾਲਾ, ਇਹ ਸ਼ੈਤਾਨ ਨੂੰ ਮੰਨਣ ਵਾਲਾ ਹੈ, ਮੇਰਾ ਵਾਰਸ ਅੱਲਾ ਹੈ, ਮੇਰਾ ਰਹਿਬਰ ਅੱਲਾ ਹੈ, ਮੇਰਾ ਹਾਦੀ ਅੱਲਾ ਹੈ, ਸਾਡੀਆਂ ਯਾਰੀਆਂ ਅੱਲਾ ਨਾਲ ਲੱਗੀਆਂ ਨੇ, ਸਾਡੀਆਂ ਪਰੀਤਾਂ ਉਹਦੇ ਨਾਲ ਲੱਗੀਆਂ ਹੋਈਆਂ ਨੇ, ਬਾਬਾ ਕੀ ਕਰੇਗਾ? ਇੱਥੇ ਜੁਮਲੇ ਸੁਣੀ, ਦਾਦਾ ਸਾਹਿਬ ਨੇ ਮੁਰੀਦ ਨੂੰ ਫਰਮਾਇਆ ਮੇਰੇ ਖੜਾਵਾਂ ਲੈ ਕੇ ਆਇਆ ਨੇ। ਇੱਕ ਮੁਰੀਦ ਖੜਾਵਾਂ ਲੱਕੜੀ ਦੀਆਂ ਜੁੱਤੀਆਂ, ਖੜਾਵਾਂ ਲੱਕੜੀ ਦੀਆਂ ਜੁੱਤੀਆਂ, ਦਾਦਾ ਸਾਹਿਬ ਨੇ ਲੱਕੜੀ ਦੀਆਂ ਜੁੱਤੀਆਂ ਨੂੰ ਹੁਕਮ ਫਰਮਾਇਆ ਹੈ, ਇਹ ਹਵਾ ਵਿੱਚ ਪੀਆਂ ਉੱਡਦੀਆਂ ਨੇ। ਬਾਬਾ ਜੀ ਜਿੱਥੇ ਜਾਦੂਗਰ ਜਾਂਦਾ ਹੈ, ਮੇਰੇ ਦਾਦਾ ਦੀਆਂ ਜੁੱਤੀਆਂ ਉਹਦੇ ਸਿਰ 'ਤੇ ਵੱਜਦੀਆਂ ਪਈਆਂ ਨੇ, ਜਦੋਂ ਸਿਰ 'ਤੇ ਜੁੱਤੀਆਂ ਵੱਜੀਆਂ ਨੇ, ਜਾਦੂਗਰ ਦਾਦਾ ਸਾਹਿਬ ਦੇ ਕਦਮਾਂ 'ਚ ਆਇਆ ਹੈ। ਫਰਮਾਇਆ ਕਮੀਨਿਆ ਬੜਾ ਮਾਣ ਕਰਨਾ ਹੈ, ਅਸੀਂ ਅੱਲਾ ਵਾਲੇ ਹਾਂ, ਅਸੀਂ ਅੱਲਾ ਦੇ ਯਾਰ ਹਾਂ, ਜਿਹੜੇ ਕੰਮ ਤੋਂ ਸੁਣੀ ਸੁਣੀ ਜਿਹੜੇ ਕੰਮ ਤੋਂ ਪਿਆ ਕਰਨਾ ਹੈ, ਇਹ ਕੰਮ ਦਾਤਾ ਦੀਆਂ ਜੁੱਤੀਆਂ ਕਰ ਲੈਂਦੀਆਂ ਨੇ। ਜੀ ਬਾਬਾ ਕਸਮ ਖੁਦਾ ਦੀ, ਇਹ ਦਾਤਾ, ਇਹ ਬਾਦਸ਼ਾਹ ਲਾਹੌਰ ਦਾ, ਇਹ ਸ਼ਹਿਨਸ਼ਾਹ ਲਾਹੌਰ ਦਾ। ਫਰਮਾਇਆ ਤੂੰ ਹਵਾ 'ਚ ਉੱਡ ਕੇ ਕੀ ਮਾਰਕਾ ਮਾਰਿਆ, ਇੰਜ ਜੁੱਤੀਆਂ ਸਿਰ 'ਚ, ਕਦਮਾਂ 'ਚ ਡਿੱਗ ਪਿਆ। ਆਂਦਾ ਬਾਬਾ ਤੂੰ ਕਿਹੜੇ ਦੀਨ ਨੂੰ ਮੰਨਣ ਵਾਲਾ? ਆਪਨੇ ਫਰਮਾਇਆ ਮੈਂ ਆਪਣੇ ਨਾਨਾ ਰਸੂਲੁੱਲਾ ਦੇ ਦੀਨ ਨੂੰ ਮੰਨਣ ਵਾਲਾ। ਸੈਯਦ ਜੇ ਸੈਯਦ, ਆਲੇ ਨਬੀ ਉਲਾਦੇ ਅਲੀ ਜੇ ਪੀਰ ਸੈਯਦ ਅਲੀ ਹਜਵੇਰੀ,
ਆਪ ਨੇ ਫਰਮਾਇਆ ਫਿਰ ਹੁਣ ਤੇਰੀ ਕੀ ਸਲਾਹ ਹੈ? ਇੱਧਰ ਵੇਖਿਓ, ਉਹ ਜਾਦੂਗਰ ਪੈਰਾਂ 'ਚ ਡਿੱਗ ਕੇ ਮਾਫ਼ੀ ਮੰਗਣ ਲੱਗ ਪਿਆ, ਹਜ਼ੂਰ ਮੈਨੂੰ ਵੀ ਕਲਮਾ ਪੜਾਓ। ਆਏ ਹਾਏ ਹਾਏ, ਹਜ਼ੂਰ ਮੈਨੂੰ ਵੀ, ਹਜ਼ੂਰ ਮੈਨੂੰ ਵੀ ਕਲਮਾ ਪੜਾਓ। ਕਲਮਾ ਪੜਾਇਆ, ਮੁਸਲਮਾਨ ਹੋ ਗਿਆ। ਸਾਰੀ ਜ਼ਿੰਦਗੀ ਦਾਤਾ ਸਾਹਿਬ ਦੀਆਂ ਜੁੱਤੀਆਂ ਚੁੱਕਦਾ ਰਿਹਾ ਹੈ। ਉਹਨੇ ਵੇਖਿਆ ਸੀ ਨਾ ਇਸ ਦਾਤਾ ਸਾਹਿਬ ਦੀਆਂ ਜੁੱਤੀਆਂ 'ਚ ਕਮਾਲ ਕੀ ਹੈ। ਸਾਰੀ ਜ਼ਿੰਦਗੀ ਜੁੱਤੀਆਂ ਚੁੱਕਦਾ ਰਿਹਾ, ਜੁੱਤੀਆਂ ਚੁੰਮਦਾ ਰਿਹਾ। ਕਿਸੇ ਪੁੱਛਿਆ ਉਹ ਸਹੀ ਸੀ ਆ ਜ਼ਿੰਦਗੀ ਆ ਇਹ ਸਹੀ ਹੈ? ਉਹਨੇ ਕਿਹਾ ਮਜ਼ਾ ਹੀ ਹੁਣ ਆਇਆ, ਮਜ਼ਾ ਹੁਣ ਆਇਆ। ਹਜ਼ਰਾਤ ਤਵੱਜੋ ਕਰਿਓ, ਇਹ ਕੌਣ ਦਾਤਾ ਅਲੀ ਹਜਵੇਰੀ ਨੇ? ਕਸਮ ਖੁਦਾ ਦੀ, ਸ਼ਹਿਨਸ਼ਾਹ ਹੈ, ਇਹਦੇ ਵਰਗਾ ਸ਼ਹਿਨਸ਼ਾਹ ਕੋਈ ਨਹੀਂ। ਬਾਦਸ਼ਾਹ ਹੈ, ਇਹਦੇ ਵਰਗਾ ਬਾਦਸ਼ਾਹ ਕੋਈ ਨਹੀਂ। ਇੱਧਰ ਤਵੱਜੋ ਕਰਿਓ, ਇੱਕ ਬੰਦਾ ਨਾ ਦਾਤਾ ਸਾਹਿਬ ਦੇ ਦਰਬਾਰ ਬਾਹਰ ਖਲੋ ਕੇ ਨਾ, ਅਤੇ ਦਾਤਾ ਸਾਹਿਬ ਵੱਲ ਮੂੰਹ ਕਰਕੇ ਆਉਂਦਾ, ਬਾਬਾ ਜੀ 10 ਰੁਪਈਏ ਚਾਹੀਦੇ ਨੇ। ਕਿੰਨੇ? ਤਵੱਜੋ ਕਰੀ, ਕਿੰਨੇ ਕਿੰਨੇ? 10 ਰੁਪਈਏ ਚਾਹੀਦੇ ਨੇ। ਉਦੋਂ 10 ਵੀ ਬੜੇ ਸਨ। ਕੋਲੋਂ ਦੀ ਨਾ ਇੱਕ ਮੌਲਵੀ ਸਾਹਿਬ ਗੁਜ਼ਰੇ, ਜਿਹੜੇ ਆਉਂਦੇ ਸਨ ਵਲੀ ਕੁਝ ਨਹੀਂ ਦਿੰਦੇ। ਤਵੱਜੋ ਕਰੀ ਬਾਬਾ, ਕੋਲੋਂ ਦੀ ਗੁਜ਼ਰਿਆ, ਉਹਨੇ ਵੇਖਿਆ ਵੀ ਇੰਜ ਹੱਥ ਕਰਕੇ ਤਾਂ ਬੰਦਾ ਦਾਤਾ ਸਾਹਿਬ ਵੱਲ ਕੋ ਮੰਗਦਾ ਪਿਆ, ਤੁਹਾਨੂੰ ਪਤਾ ਬਰਦਾਸ਼ਤ ਨਹੀਂ ਨਾ ਹੁੰਦਾ। ਇੱਥੇ ਵੀ ਨਹੀਂ ਹੁੰਦਾ ਅਤੇ ਮਦੀਨੇ ਵੀ ਸ਼ੁਰਤੀਆਂ ਨੂੰ ਨਹੀਂ ਹੁੰਦਾ। ਉੱਥੇ ਵੀ ਨਬੀ ਪਾਕ ਦੇ ਰੋਜ਼ੇ ਸਾਹਮਣੇ ਹੱਥ ਚੁੱਕਣ, ਉਹ ਕਹਿੰਦੇ ਥੱਲੇ ਹੱਥ ਕਰੋ, ਹੈ ਉੱਧਰ ਮੂੰਹ ਕਰਕੇ ਦੁਆ ਮੰਗੋ ਕਾਬੇ ਵਾਲ। ਮੈਂ ਕਿਹਾ ਤੂੰ ਤਾਂ ਚੱਲੈ, ਜਿਹਨੇ ਕਾਬੇ ਨੂੰ ਵਸਾਇਆ ਉਹਦੇ ਕੋਲ ਮੰਗੀਏ ਵੀ ਨਾ, ਜਿਹਨੇ ਕਾਬੇ ਨੂੰ ਵਸਾਇਆ। ਇਹ ਬਾਬਾ ਜੀ ਗੱਲਾਂ, ਹਰ ਆਸ਼ਿਕ ਦੀ ਗੱਲ ਹੈ, ਮਸ਼ੂਕ ਦੀ ਗੱਲ ਹੈ, ਪ੍ਰੀਤ ਦੀ ਗੱਲ ਹੈ, ਇਹ ਬੇਅਦਬਾਂ ਦੀ ਗੱਲ ਨਹੀਂ, ਅਦਬ ਵਾਲਿਆਂ ਦੀ ਗੱਲ ਹੈ। ਬਾਬਾ ਜੀ ਦਿਓ 10 ਰੁਪਈਏ। ਆਹ ਗੱਲ ਸੁਣਿਓ ਜੀ, ਉਹਨੇ ਗੱਡੀ ਖੜੀ ਕੀਤੀ, ਉਹਨੇ ਕਿਹਾ ਗੱਡੀ ਖੜੀ ਕਰ, ਜ਼ਰਾ ਮੈਂ ਇਹਦਾ ਤਾਂ ਦਿਮਾਗ ਠੀਕ ਕਰਾਂ, ਜ਼ਿਹਨ ਠੀਕ ਕਰਾਂ ਕਿ ਬਾਬਿਆਂ ਕੋਲ ਨਹੀਂ ਮੰਗੀਦਾ। ਉਹਨੇ ਗੱਡੀ ਖੜੀ ਕੀਤੀ, ਡਰਾਈਵਰ ਨੇ ਮੌਲੀ ਸਾਹਿਬ ਬੰਨੇ ਆ ਗਏ, ਉਹਨੇ ਨਾ ਉਹਦੇ ਮੁੰਡੇ 'ਤੇ ਹੱਥ ਰੱਖਿਆ, ਉਹਨੇ ਕਿਹਾ ਉਹ ਗੱਲ ਸੁਣ। ਉਹ ਫਿਰ ਆਖੀ ਜਾਏ, ਬਾਬਾ 10 ਰੁਪਈਏ ਦੇ। ਕੀ ਦੇ? 10 ਰੁਪਈਏ। ਇਸ਼ਕਾ ਲਿਓ ਨਾ, ਬਰੀਤਾ ਲਿਓ, ਮਿੰਬਰ ਤੋਂ ਜੁਮਲਾ ਦੇ ਰਿਹਾ, ਗੱਲ ਬੜੀ ਵੱਡੀ ਹੈ। ਉਹਨੇ ਕਿਹਾ ਉਹ ਮੇਰੇ ਵਾਲ, ਉਹ ਮਲੰਗਾ ਮੇਰੀ ਗੱਲ ਸੁਣ। ਉਹ ਫਿਰ ਆਖੇ, ਬਾਬਾ ਦੇ 10 ਰੁਪਈਏ। ਉਹਦੇ ਅੱਗੇ ਖਲੋ ਕੇ ਨਾ, ਸਾਹਮਣੇ ਖਲੋ ਕੇ ਆਂਦਾ, ਮੈਂ ਤੈਨੂੰ ਨਜ਼ਰ ਨਹੀਂ ਪਿਆਉਂਦਾ। ਉਹਦਾ ਵੀ ਜੁਮਲਾ ਕਮਾਲ ਸੀ। ਉਹ ਆਂਦਾ, ਜਿਹਦੇ ਵੱਲ, ਜਿਹਦੇ ਕੋਲੋਂ ਮੰਗੀਏ ਨਾ, ਉਹਦੇ ਤੋਂ ਇਲਾਵਾ ਗੈਰ ਨੂੰ ਨਹੀਂ ਵੇਖੀਦਾ। ਜਿਹਦੇ ਕੋਲੋਂ ਮੰਗੀਏ ਉਹਦੇ ਤੋਂ ਇਲਾਵਾ ਗੈਰ ਨੂੰ ਨਹੀਂ ਵੇਖੀਦਾ। ਆਹ ਸੂਫੀਆ ਦੀ ਗੱਲ ਹੈ, ਤਰੀਕਤ ਦੀ ਗੱਲ ਹੈ। ਜੁਮਲੇ ਸੁਣ, ਉਹਨੇ ਕਿਹਾ ਛੱਡ ਸਾਰੀਆਂ ਗੱਲਾਂ, ਜੋ ਤੂੰ ਬਗਾਨਾ ਦਰਵੇਸ਼, ਕੀ ਪਿਆਨਾ ਦਾਤਾ ਸਾਹਿਬ ਨੂੰ? ਉਹਨੇ ਕਿਹਾ ਜੀ ਮੈਂ ਨਾ ਪਿਆ ਬਾਬਾ 10 ਰੁਪਈਏ ਦੇ। ਕਹਿੰਦਾ ਤੇਰੀ ਅਕਲ ਦਿਮਾਗ ਕੰਮ ਕਰਦਾ, ਤੇਰਾ ਸ਼ਾਊਰ ਹੈ ਵੀ? ਉਹਨੇ ਕਿਹਾ ਉਹ ਕੀ ਹੋਇਆ? ਉਹਨੇ ਕਿਹਾ ਕਦੀ ਕਬਰਾਂ ਵਾਲੇ ਵੀ ਪੈਸੇ ਦਿੱਤੇ ਨੇ? ਕਦੀ ਬਾਬਿਆਂ ਵੀ, ਮਜ਼ਾਰਾਂ ਵਾਲਿਆਂ ਵੀ ਪੈਸੇ ਦਿੱਤੇ ਨੇ? ਉਹ ਮੁਸ਼ਰਕ ਹੈ, ਜਾਹਲ ਹੈ, ਅੱਲਾਹ ਕੋਲੋਂ ਮੰਗ, ਅੱਲਾਹ ਦਿੰਦਾ। ਉਹਨੇ ਕਿਹਾ ਨਹੀਂ ਤਾਂ ਮੈਂ ਤਾਂ ਬਾਬੇ ਕੋਲ ਮੰਗਣੇ ਨੇ। ਐ ਤਵੱਜੋ ਕਰੀ, ਇਸ਼ਕ ਵਾਲੇ ਜਾਣਦੇ ਹੈ ਇਸ਼ਕ ਕੀ ਪਰੀਤ ਕੋ। ਇਹ ਜੁਮਲੇ ਸੁਣਿਓ, ਉਹਨੇ ਕਿਹਾ ਮੈਂ ਤਾਂ ਬਾਬੇ ਕੋਲ ਮੰਗਣੇ ਨੇ। ਉਹਨੂੰ ਗੁੱਸਾ ਲੱਗਾ, ਉਹਨੇ ਕਿਹਾ ਇੰਜ ਤਾਂ ਇਹਨੇ ਮੁੜਨਾ ਨਹੀਂ। ਉਹਨੇ ਬਾਬਾ ਜੀ ਬਟਵੇ ਕੱਢਿਆ ਜੇਬ 'ਚ, ਬਟਵਾ ਕੱਢ ਕੇ ਨਾ, ਕਿੰਨੇ ਚਾਹੀਦੇ ਨੇ? ਆਂਦਾ ਮੈਂ ਤਾਂ ਉਹਦੇ ਕੋਲ ਲੈਣੇ ਨੇ। 10 ਰੁਪਈਏ ਕੱਢ ਕੇ ਨਾ ਉਹਦੀ ਤਲੀ 'ਤੇ ਰੱਖ ਕੇ ਆਂਦਾ ਜਾ ਕੰਮ ਕਰ ਜਾ ਕੇ, ਉਹਨੇ ਤਾਂ ਦੇਣੇ ਕੋਈ ਨਹੀਂ, ਮੈਂ ਦੇ ਦਿੱਤੇ ਨਹੀਂ। ਦਾਤਾ ਸਾਹਿਬ ਵੱਲ ਮੂੰਹ ਕਰਕੇ ਲੁੱਡੀ ਪਾ ਕੇ ਆਂਦਾ, ਵਾਹ ਓਏ ਦਾਤਾ ਮੰਨ ਗਿਆ, ਜੇ ਦਵਾਏ ਨਹੀਂ ਤਾਂ ਮੁਨਕਰ ਦੇ ਹੱਥੋਂ ਦਵਾ ਛੱਡੇ ਨੇ। ਆਏ ਹਾਏ, ਮੁਨਕਰ ਦੇ ਹੱਥੋਂ, ਮੁਨਕਰ ਦੇ ਹੱਥੋਂ ਹਲਾਲ ਐਲਾਨ ਸੁਲਤਾਨੀ, ਅੱਜ ਗੂੰਗੇ ਦੀ ਜਾਮਿਆ ਮਸਜਿਦ ਦੇ ਮਿੰਬਰ ਤੇ ਬਹਿ ਕੇ ਕਹਿ ਰਿਹਾ ਵਾ, ਓਏ ਅੱਲਾ ਵਾਹਲੇ ਹੈ ਜੋ ਅੱਲਾ ਸੇ ਮਿਲਾ ਦੇ ਤੇ ਹੈ ਇੰਜ ਨਹੀਂ ਯਾਰ। ਇੱਕ ਵਾਰੀ ਮੈਂ ਆਵਾਜ਼ ਬੁਲੰਦ, ਮੇਰੇ ਨਾਲ ਆਵਾਜ਼ ਬੁਲੰਦ ਕਰਨੀ ਹੈ।
ਦਾਤਾ ਸਾਹਿਬ ਦੇ ਉਰਸ ਦੇ ਹਵਾਲੇ ਨਾਲ ਅੱਲਾ ਵਾਲੇ ਹੈ ਜੋ ਅੱਲਾ ਸੇ ਆਏ ਅੱਲਾ ਵਾਲੇ ਹੈ ਜੋ ਅੱਲਾ ਸੇ ਮਿਲਾ ਦੇ ਹੈ ਨਹੀਂ ਅੱਲਾ ਦੀ ਇੱਜ਼ਤ ਦੀ ਕਸਮ ਅੱਲਾ ਦਾ ਕੁਰਾਨ ਗਵਾਹੀ ਦੇ ਰਿਹਾ ਹੈ ਅਲਾ ਇਨਾ ਔਲੀਆ ਅੱਲਾਹੀ ਲਾ ਖੌਫਨ ਅਲੈਹਿਮ ਵਲਾ ਹਮ ਯਹਜ਼ਨੂਨ ਅੱਲਾ ਵਾ ਇਧਰ ਵੇਖੀ ਅੱਲਾ ਵਾਲੇ ਹੈ ਜੋ ਅੱਲਾ ਸੇ ਮਿਲਾ ਦੇ ਤੇ ਮੀਆਂ ਮੁਹੰਮਦ ਬਖਸ਼ ਦੇ ਦਰਬਾਰ ਤੁਰ ਚੱਲਦੇ ਆ ਮੀਆਂ ਸਾਹਿਬ ਦੇ ਕਦਮਾਂ ਨੂੰ ਹੱਥ ਲਾਉਂਦੇ ਆ ਤੇ ਮੀਆਂ ਸਾਹਿਬ ਆਉਂਦੇ ਨੇ ਵਲੀ ਅੱਲਾ ਦੇ ਹੋਏ ਮਾਰੇ ਤੇ ਨਹੀਂ ਆਏ ਹਾਏ ਹਾਏ ਵਲੀ ਅੱਲਾ ਦੇ ਹੋਏ ਵਲੀ ਅੱਲਾ ਦੇ ਹੈ ਮਰੇ ਤੇ ਨਹੀਂ ਕਰਦੇ ਪਰਦਾ ਪੋਸ਼ੀ ਹੈ ਕੀ ਹੋਇਆ ਜੇ ਦੁਨੀਆ ਉਤਾਂ ਤੇ ਟੁਰ ਗਏ ਨਾਲ ਖਮੋਸ਼ੀ ਬਾਵਾਜ਼ੇ ਬੁਲੰਦ ਬੋਲੋ ਸਾਰੇ ਸ਼ਾਨੇ ਦਾਤਾ ਅਲੀ ਹਜਵੇਰੀ ਉੱਚੀ ਬੋਲੋ ਸ਼ਾਨੇ ਦਾਤਾ ਅਲੀ ਹਜਵੇਰੀ ਸ਼ਾਨੇ ਦਾਤਾ ਅਲੀ ਹਜਵੇਰੀ ਅਸੀਂ ਮੰਨਣ ਵਾਲਿਆਂ ਨੌਕਰ ਹਾਂ ਮਤੇ ਕਿਆਮਤ ਵਾਲੇ ਦਿਨ ਕਿਤੇ ਸਾਡੇ ਨਿਕੰਮਿਆਂ ਤੋਂ ਵੀ ਨਜ਼ਰ ਪੈ ਜਾਏ ਇਹਨਾਂ ਪਾਕ ਲੋਕਾਂ ਦੀ ਪਾਕ ਬਾਜ਼ਾਂ ਦੀ ਤਵੱਜੋ ਕਰਿਓ ਬਾਬਾ ਜੀ ਗੱਲ ਬੜੀ ਸੁਣਨ ਵਾਲੀ ਫਿਰ ਡੇਰਾ ਲਾਇਆ ਦਾਤਾ ਸਾਹਿਬ ਨੇ ਬੜੇ ਬੜੇ ਹਿੰਦੂ ਕਲਮਾ ਪੜ੍ਹ ਗਏ ਬੜੇ ਬੜੇ ਹਿੰਦੂ ਕਲਮਾ ਪੜ੍ਹ ਗਏ ਵਾਰੀ ਆਈ ਖਾਜਾ ਮੋਇਨੋ ਦੀਨ ਚਿਸ਼ਤੀ ਅਜਮੇਰੀ ਦੀ ਇਹ ਦੋ ਬਜ਼ੁਰਗ ਨੀ ਅਤੇ ਵੇਖ ਮਕਾਮ ਕਿੰਨਾ ਹਜ਼ਰਤ ਖਾਜਾ ਮੋਇਨੋ ਦੀਨ ਚਿਸ਼ਤੀ ਮਦੀਨਾ ਸ਼ਰੀਫ ਨੇ ਤਵੱਜੋ ਕਰਿਓ ਡਿਊਟੀ ਲੱਗ ਗਏ ਕਿ ਤੁਸਾਂ ਹਿੰਦੁਸਤਾਨ ਜਾਣਾ ਅਤੇ ਡਿਊਟੀ ਵੀ ਨਾਨਾ ਰਸੂਲ ਉੱਲਾ ਨੇ ਲਾਈ ਤਵੱਜੋ ਕਰੀ ਡਿਊਟੀ ਲੱਗ ਗਈ ਕਿ ਦਾਤਾ ਸਾਹਿਬ ਉੱਥੇ ਹਿੰਦੁਸਤਾਨ ਤੁਸੀਂ ਜਾਣਾ ਅੱਛਾ ਜੀ ਹਜ਼ੂਰ ਹਿੰਦੁਸਤਾਨ ਜੀ ਹਿੰਦੁਸਤਾਨ ਠੀਕ ਹੈ ਇੱਧਰ ਤਵੱਜੋ ਬਾਬਾ ਜੀ ਹਾਜਾ ਮੋਇਨੋ ਦੀਨ ਚਿਸ਼ਤੀ ਅਜਮੇਰੀ ਮਦੀਨੇ 'ਚ ਚੱਲੇ ਚੱਲਦੇ ਚੱਲਦੇ ਜਦੋਂ ਲਾਹੌਰ ਦੀ ਨਗਰੀ 'ਚ ਆਏ ਨਾ ਇੱਧਰ ਵੇਖਿਓ ਜਦੋਂ ਲਾਹੌਰ ਦੀ ਨਗਰੀ 'ਚ ਆਏ ਨਾ ਅਤੇ ਕਿਸੇ ਦਰਵੇਸ਼ ਅਤੇ ਫਕੀਰ ਦੀ ਖੁਸ਼ਬੂ ਆਈ ਮੈਨੂੰ ਇੱਕ ਮੌਲਵੀ ਕਹਿਣ ਲੱਗਾ ਮੈਂ ਲਾਹੌਰ ਤਕਰੀਰ ਕੀਤੀ ਅਤੇ ਮੈਂ ਕਿਹਾ ਵੀ ਖਾਜਾ ਮੋਇਨੋ ਦੀਨ ਚਿਸ਼ਤੀ ਅਜਮੇਰੀ ਨੂੰ ਲਾਹੌਰੋਂ ਦਾਤਾ ਸਾਹਿਬ ਦੀ ਖੁਸ਼ਬੂ ਆਈ ਕਿਹਦੀ ਮੈਨੂੰ ਕਹਿਣ ਲੱਗਾ ਸੁਲਤਾਨੀ ਸਾਹਿਬ ਏਡੀ ਦੂਰੋਂ ਖੁਸ਼ਬੂ ਆ ਗਈ ਸੀ ਇਹ ਕਿਵੇਂ ਮੁਨਕਰ ਜਿਹੜੇ ਨੇ ਜਿਹੜੇ ਸਾਡੇ ਨਾਲ ਏਡੀ ਦੂਰੋਂ ਖੁਸ਼ਬੂ ਆ ਗਈ ਸੀ ਇਹਦਾ ਤਵੱਜੋ ਕਰਿਓ ਮੈਂ ਕਿਹਾ ਝੱਲਿਆ ਤੈਨੂੰ ਇਹ ਪਤਾ ਇਹਦਾ ਤਵੱਜੋ ਕਰ ਬਾਬਾ ਜੀ ਬੰਦਾ ਹੋਵੇ ਨਾ ਚਰਸੀ ਅਤੇ ਉਹਨੂੰ ਪਤਾ ਹੁੰਦਾ ਵੀ ਪੂਰੇ ਸਿਆਲਕੋਟ 'ਚ ਚਰਸ ਕਿੱਥੇ ਕਿੱਥੇ ਵਿਕਦੀ ਹੈ ਉਹ ਬੋਲੋ ਤੁਸੀਂ ਤਾਂ ਨਹੀਂ ਚਰਸੀ ਤੁਸੀਂ ਤਾਂ ਸਾਰੇ ਨੇਕ ਹੋ ਮੈਂ ਉਹਨਾਂ ਲੋਕਾਂ ਦੀ ਗੱਲ ਪੈ ਕਰਨਾ ਜ਼ਰਾ ਮੈਂ ਇੱਕ ਤੁਹਾਨੂੰ ਮਿਸਾਲ ਦੇਣ ਲੱਗਾ ਬਾਬਾ ਜੀ ਬੰਦਾ ਨਸ਼ਈ ਹੋਵੇ ਚਰਸੀ ਹੋਵੇ ਉਹਨੂੰ ਪੁੱਛ ਵੀ ਚਰਸ ਸਸਤੀ ਕਿੱਥੋਂ ਲੱਭੇਗੀ ਉਹ ਤੈਨੂੰ ਦੱਸੇਗਾ ਵੀ ਉਹ ਗਲੀ 'ਚ ਫਲਾਣੀ ਜਗ੍ਹਾ 'ਤੇ ਫਲਾਣੀ ਜਗ੍ਹਾ 'ਤੇ ਮੈਂ ਕਿਹਾ ਮੌਲਵੀ ਚਰਸੀ ਹੋਵੇ ਤਾਂ ਉਹਨੂੰ ਚਰਸ ਦੀ ਖੁਸ਼ਬੂ ਆ ਜਾਂਦੀ ਹੈ ਆਉਂਦੀ ਕਿ ਨਹੀਂ ਆਉਂਦੀ ਅਤੇ ਅੱਲਾ ਵਾਲੇ ਨੂੰ ਅੱਲਾ ਵਾਲੇ ਦੀ ਖੁਸ਼ਬੂ ਨਹੀਂ ਆਉਂਦੀ
ਜਿਹੜਾ ਅੱਲਾ ਵਾਲਾ ਹੋਵੇ ਉਹਨੂੰ ਪਤਾ ਨਹੀਂ ਵੀ ਅੱਲਾ ਵਾਲਾ ਲੇਟਿਆ, ਉਹ ਸਾਡੇ ਜੇ ਨਿਕੰਮਿਆਂ ਨੂੰ ਸਾਡੀਆਂ ਤੇ ਅੱਖਾਂ ਹੀ ਬੰਦ ਨੇ ਨਾ, ਜਿਹਦੀ ਅੱਖ ਹੀ ਬੰਦ ਹੋਵੇ ਉਹਨੇ ਵੇਖਣਾ ਕੀ ਹੈ। ਹੁਣ ਇੱਕ ਬੰਦਾ ਹੈ ਹੀ ਨਵੀਨਾ ਤੇ ਉਹਨੂੰ ਮੈਂ ਆਖਾਂ ਵੀ ਤੁਸੀਂ ਆਖੋ ਵੀ ਸੁਲਤਾਨੀ ਸਾਹਿਬ ਦੇ ਮੇਜ਼ ਦੇ ਉੱਤੇ ਕਿਹੜੀ ਕਿਹੜੀ ਚੀਜ਼ ਪਈ ਹੈ, ਦੱਸੇਗਾ? ਬੋਲੋ, ਦੱਸੇਗਾ? ਇਹ ਜਿਹੜੇ ਅੱਖਾਂ ਵਾਲੇ ਨੇ ਤੁਹਾਨੂੰ ਪਤਾ ਮੋਬਾਈਲ ਹੈ, ਕੁਰਾਨੇ ਪਾ ਕੇ ਵਰਕਿਆ, ਪੈਸੇ ਨੇ, ਸਪੀਕਰ ਲੱਗਾ, ਨਜ਼ਰ ਆਉਂਦਾ ਪਿਆ ਜੋ? ਉਹ ਬਾਬਾ ਨਜ਼ਰ ਉਹਨੂੰ ਆਉਂਦਾ ਜਿਹਦੀ ਅੱਖ ਹੋਵੇ, ਤੇ ਮੈਂ ਕਿਹਾ ਜਿਹਦੀ ਜ਼ਾਹਰੀ ਅੱਖ ਹੋਵੇ ਨਾ ਉਹਨੂੰ ਜ਼ਾਹਰ ਨਜ਼ਰ ਆਉਂਦਾ ਹੈ, ਜਿਹਦੀ ਬਾਤਨ ਦੀ ਅੱਖ ਹੋਵੇ ਉਹਨੂੰ ਬਾਤਨ ਨਜ਼ਰ ਆਉਂਦਾ ਹੈ, ਜਿਹਦੀ ਬਾਤਨ ਦੀ ਅੱਖ ਹੋਵੇ ਉਹਨੂੰ ਬਾਤਨ ਨਜ਼ਰ ਆਉਂਦਾ ਹੈ। ਹਜ਼ਰਤ ਖਾਜਾ ਮੋਇਨੁਦੀਨ ਚਿਸ਼ਤੀ ਅਜਮੇਰੀ, ਏਡਾ ਵੱਡਾ ਬਜ਼ੁਰਗ, ਦਾਤਾ ਸਾਹਿਬ ਦੀ ਖੁਸ਼ਬੂ ਆਈ, ਸਾਰਾ ਕੁਝ ਛੱਡਿਆ, ਦਾਤਾ ਸਾਹਿਬ ਦੇ ਮਜ਼ਾਰ ਤੇ ਆ ਗਏ। ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਪੰਜ ਦਿਨ, 40 ਦਿਨ ਦਾਤਾ ਸਾਹਿਬ ਦੇ ਪੈਰਾਂ ਵਾਲੀ ਸਾਈਡ ਤੇ ਬਹਿ ਕੇ ਨਾ, ਤੇ ਮੋਇਨੁਦੀਨ ਆਉਂਦਾ ਰਿਹਾ, ਕਰ ਹਾਂ ਕਰਮ ਅੱਜ, ਹਾਏ ਹਾਏ ਕਰ ਹਾਂ ਕਰਮ ਅੱਜ, ਕੀ ਕਰ? ਅੱਜ ਤੇਰੀ ਮਸਜਿਦ ਨਾ ਦਾਤਾ ਸਾਹਿਬ ਦੇ ਨਾਂ ਤੇ ਗੂੰਜੀ ਤੇ ਗੱਲ ਕਰੀ ਬਾਬਾ, ਕਰ ਹਾਂ ਕਰਮ ਅੱਜ ਬਾਬਾ। ਜਦੋਂ 40 ਰਾਤ ਆਖਰੀ ਰਾਤ ਸੀ ਨਾ, 40 ਦਿਨ ਦਾ ਚੀਲਾ ਸੀ, ਚੀਲਾ ਕੱਟ ਕੇ ਜਾ ਰਹੇ ਸਨ, ਆਖਰੀ ਰਾਤ ਹੀ ਜੁਮਲਾ ਤੇਰੇ ਸੀਨੇ ਤੇ ਸੁਲਤਾਨੀ ਨਕਸ਼ ਨਾ ਕੀਤਾ ਤੇ ਅੱਗੋਂ ਨਾਮੀ ਹਲਲ ਐਲਾਨ ਕਹਿ ਰਿਹਾ, ਇੰਜ ਆਖਿਆ ਨਾ, ਨਜ਼ਰ ਬੰਦ ਏ 40 ਦਿਨ ਤੇ ਮੇਰਾ ਇਮਾਨ ਹੈ ਖਾਜਾ ਮੋਇਨੋ ਦਿਨ ਚਿਸ਼ਤੀ ਕਦਮਾਂ ਵਾਲੀ ਸਾਈਡ ਦੇ ਬਹਿ ਕੇ ਹੱਥ ਬਨ ਕੇ ਆਉਂਦੇ ਆਉਣੇ ਨੇ, ਦਾਤਾ ਅਲੀ ਹਜਵੇਰੀ ਤੈਨੂੰ ਲੱਖਾਂ ਨੇ ਸਲਾਮ, ਦਾਤਾ ਹਜਵੇਰੀ ਤੈਨੂੰ ਲੱਖਾਂ ਨੇ ਸਲਾਮ, ਦਾਤਾ ਹਜਵੇਰੀ ਤੈਨੂੰ ਇੱਕ ਵਾਰੀ ਮਿਲ ਕੇ, ਦਾਤਾ ਅਲੀ ਹਜਵੇਰੀ ਤੈਨੂੰ ਲੱਖਾਂ ਨੇ ਸਲਾਮ, ਦਾਤਾ ਹਜਵੇਰੀ ਤੈਨੂੰ ਲੱਖਾਂ ਨੇ ਸਲਾਮ। ਜਦੋਂ 40ਵੀਂ ਰਾਤ ਆਈ ਹੈ, ਸੁਬਾ ਖਾਜਾ ਮੋਇਨੁਦੀਨ ਹਿੰਦੁਸਤਾਨ ਰਵਾਨਾ ਹੋ ਜਾਣਾ ਹੈ, ਇਧਰੋਂ ਸਰਗੀ ਦਾ ਵੇਲਾ ਹੈ, ਬਾਬਾ ਜੀ ਪੈਰਾਂ ਵਾਲੀ ਸਾਈਡ ਤੇ ਬਹਿ ਗਏ, ਕਈ ਜਾ ਰਿਹਾ ਸੋਹਣਿਆ ਕਰਮ ਕਰਦੇ, ਅਲੀ ਹਜਵੇਰੀ ਮੈਂ ਮਦੀਨੇ ਚੋਂ ਆਇਆ, ਮੈਂ ਨਾਨੇ ਦੇ ਰੋਜ਼ੇ ਤੋਂ ਆਇਆ, ਅੱਜ ਕਰਮ ਫਰਮਾ ਦੇ ਬਾਬਾ ਜੀ, ਤਾਂ ਹਜ ਦੀਆਂ ਅਜ਼ਾਨਾਂ ਆ ਰਹੀਆਂ ਨੇ, ਹਜ ਮੋਇਨੁਦੀਨ ਚਿਸ਼ਤੀ ਅਜਮੇਰੀ ਆਉਂਦੇ ਨੇ, ਮੈਨੂੰ ਇੰਜ ਲੱਗਾ ਜਿਵੇਂ ਦਾਤਾ ਸਾਹਿਬ ਦੀ ਕਬਰ ਚੋਂ ਇੱਕ ਹੱਥ ਆਇਆ ਏ ਮੇਰੇ ਸੀਨੇ ਤੇ ਆਇਆ, ਫਰਮਾਇਆ ਜਾ ਮੋਇਨੁਦੀਨ, ਜੁਮਲਾ ਸੁਣੀ, ਫਰਮਾਇਆ ਜਾ ਮੋਇਨੁਦੀਨ ਇੱਕ ਨਜ਼ਰ ਮੇਰੇ ਨਾਨੇ ਦੀ ਰਸੂਲੁੱਲਾ ਦੀ ਲੈ ਕੇ ਆਇਆ ਏ, ਇੱਕ ਫੈਜ਼ ਅਲੀ ਹਜਵੇਰੀ ਦਾ ਲੈ ਜਾ, ਹਿੰਦੁਸਤਾਨ ਚਲਾ ਜਾ, ਤੈਨੂੰ ਦਾਤਾ ਦਾ ਫੈਜ਼ ਦੱਸੇਗਾ, ਜਿੱਧਰ ਨਜ਼ਰ ਮੋਇਨੁਦੀਨ ਦੀ ਹੋਏਗੀ 1.25 ਲੱਖ ਬੰਦਾ ਮੁਹੰਮਦ ਦਾ ਕਲਮਾ ਪੜ ਜਾਏ, ਹਿੰਦੂ ਕਲਮਾ ਪੜ ਜਾਣਗੇ, ਜਿੱਧਰ ਤੇਰੀ ਨਜ਼ਰ ਹੋਵੇਗੀ, ਜਿੱਧਰ ਤੇਰੀ ਨਿਗਾਹ ਆਵੇਗੀ, ਜਿੱਧਰ ਤੇਰਾ ਫੈਜ਼ ਹੋਵੇਗਾ, ਲੋਕ ਕਲਮੇ ਪੜਦੇ ਜਾਣਗੇ, ਲੋਕਾਂ ਦੀਆਂ ਦਿਲਾਂ ਤੇ ਲਫ਼ਜ਼ ਮੁਹੰਮਦ ਨਕਸ਼ ਕਰਦਾ ਜਾਏਗਾ, ਲੋਕਾਂ ਦੀਆਂ ਦਿਲਾਂ ਤੇ ਕਲਮੇ ਦੇ ਤੂਹੀ ਦਾ ਨਕਸ਼ ਕਰਦਾ ਜਾਏਗਾ। ਬਾਬਾ ਜੁਮਲੇ ਸੁਣਿਆ ਰੇ, ਜਦੋਂ ਫੈਜ਼ ਮਿਲਿਆ ਏ, ਅੰਦਰ ਨੂਰ ਆਇਆ ਏ, ਜਦੋਂ ਸਰੂਰ ਆਇਆ ਏ, ਹਾਜਾ ਸਾਹਿਬ ਨੇ ਮਜ਼ਾਰ ਤੇ ਖਲਾ ਗਏ, ਉੱਥੇ ਹੀ ਸ਼ੇਰ ਬੋਲ ਕੇ ਦੁਨੀਆਂ ਨੂੰ ਦੱਸ ਛੱਡਿਆ ਏ, ਤੇ ਸ਼ੇਰ ਬੋਲ ਕੇ ਕੀ ਆਉਂਦੇ ਨੇ, ਗੰਜ ਫੈਜ਼ ਆਲਮ ਮਜ਼ਹਰੇ
ਮਿਲ ਕੇ ਆਖਾ ਗੰਜ ਬਾਸ਼ੇ ਫੈਜ਼ ਆਲਮ ਮਜ਼ੇ ਹਰੇ ਨੂਰੇ ਖੁਦਾ ਸੁਣ ਗੰਜ ਬਾਸ਼ੇ ਫੈਜ਼ ਆਲਮ ਮਜ਼ੇ ਹਰੇ ਨੂਰੇ ਖੁਦਾ ਨਾ ਕਿਸਾਰਾ ਚ ਬੈਣ ਵਾਲੇ ਤੁਸੀਂ ਵੀ ਆਖਣਾ ਜੇ ਨਾ ਕੀ ਸਾਰਾ ਪੀਰ ਕਾਮਿਲ ਕਾਮਿਲਾਰਾ ਰਹਿਨੁਮਾ ਗੰਜ ਬਸ਼ੇ ਫੈਜ਼ ਆਲਮ ਗੰਜ ਬਸ਼ੇ ਹਰੇ ਨੂਰੇ ਖੁਦਾ ਅੱਲਾ ਦਾ ਕੁਰਾਨ ਕਹਿ ਰਿਹਾ ਅਲਾ ਇਨ ਔਲੀਆ ਅੱਲਾ ਨੀਲਾ ਖੌਫ ਅਲੈਹਿਮ ਵਲਾ ਹੁਮ ਯਹਜ਼ਨੂਨ ਮੈਨੂੰ ਇਮਾਨਦਾਰੀ ਨਾਲ ਦੱਸਿਆ ਰੇ ਓਏ ਸਿਆਲ ਕੌਰ ਦੀ ਬੋਂਗੇ ਦੀ ਮਸਜਿਦ ਬੈਣ ਵਾਲਿਆ ਹੋਏ ਅਗਰ ਕੁੱਤਾ ਹੋ ਕੇ ਅਸਹਾਬੇ ਕਾਫ ਵੱਲੇ ਤੁਰ ਪਵੇ ਅੱਲਾ ਕੁੱਤੇ ਨੂੰ ਜਨਤੀ ਬਣਾਉਂਦਾ ਏ ਜੇ ਅਸੀਂ ਇਨਸਾਨ ਹੋ ਕੇ ਤੇ ਅਸੀਂ ਅੱਲਾ ਦੇ ਬਲੀਆਂ ਵਾਲੀ ਤੁਰ ਪਈਏ ਅੱਲਾ ਸਾਨੂੰ ਵੀ ਜਨਤੀ ਬਣਾਏਗਾ ਕੋਈ ਖਮੋਸ਼ ਨਾ ਰਵੇ ਸ਼ੌਕ ਨਾਲ ਮਿਲ ਕੇ ਆਖਣਾ ਜੇ ਗੰਜ ਬਸ਼ੇ ਹਰੇ ਨੂਰੇ ਖੁਦਾ ਗੰਜ ਬਖਸ਼ੇ ਫੈਜ਼ ਆਲਮ ਮਜ਼ੇ ਹਰੇ ਨੂਰੇ ਖੁਦਾ ਨਾ ਇਸ਼ਾਰਾ ਪੀਰ ਕਾਮਿਲ ਅੱਲਾਹ ਵੇਖ ਲਓ ਨੌਕਰ ਗੁਲਾਮ ਯਾਲ ਨੌਕਰ ਅਤੇ ਗੁਲਾਮ ਜਿੱਥੇ ਵੀ ਹੋਵੇ ਬੋਲ ਪੈਂਦਾ ਕਈ ਬੰਦੇ ਚੌਧਰੀ ਬਣ ਕੇ ਜੁੰਮੇ ਵਾਲੇ ਦਿਨ ਵੀ ਬੈਠੇ ਹੁੰਦੇ ਨੇ ਜੀ ਅਸੀਂ ਚੌਧਰੀ ਹਾਂ ਜੀ ਨਾ ਗੁਲਾਮ ਅਤੇ ਨੌਕਰ ਬਣ ਕੇ ਇੰਝ ਹੱਥ ਜੋੜ ਕੇ ਅੱਲਾ ਤੇਰੇ ਬੂਵੇ 'ਤੇ ਆਏ ਇਹਨਾਂ ਪਾਕ ਲੋਕਾਂ ਦਾ ਸਦਕਾ ਮਾਫੀ ਦੇ ਬੋਲੋ ਆਮੀਨ ਇਹਨਾਂ ਪਾਕ ਹਸਤੀਆਂ ਦਾ ਸਦਕਾ ਮਾਫ ਕਰੀ ਸਾਡੇ ਕੋਲ ਕੋਈ ਅਮਲ ਨਹੀਂ ਇਹਨਾਂ ਪਾਕ ਲੋਕਾਂ ਦਾ ਸਦਕਾ ਬਾਬਾ ਕਿਆਮਤ ਵਾਲੇ ਦਿਨ ਮੁੱਲ ਪੈਣਾ ਪੀਰੀ ਅਤੇ ਮੁਰੀਦੀ ਦਾ ਜਦੋਂ ਉੱਥੇ ਪਤਾ ਲੱਗਣਾ ਵੀ ਮੰਨਣ ਵਾਲੇ ਕਿਹੜੇ ਸਨ ਅਤੇ ਮੁਨਕਰ ਕਿਹੜੇ ਸਨ
ਮੁਨਕਰ ਵੱਖਰੇ ਹੋ ਜਾਓ ਅਤੇ ਮੰਨਣ ਵਾਲੇ ਵੱਖਰੇ ਹੋ ਜਾਓ, ਉੱਥੇ ਪਤਾ ਲੱਗ ਜਾਣਾ। ਬਾਬਾ ਨਾ ਵੇਖੋ ਅਲੀ, ਹਾਏ 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 ਕੀ ਏ ਅਲੀ। ਅੱਛਾ ਫਕੀਰ ਜਿੱਧਰ ਵੀ ਵੇਖੋ, ਜੇ ਨਾਰੋਵਾਲ ਵੇਖੋ ਤਾਂ ਉੱਥੇ ਵੀ ਇੱਕ ਅਲੀ ਜੇ ਪੀਰ ਸੈਯਦ ਜਮਾਤ ਅਲੀ, ਅਤੇ ਜੇ ਇਮਾਮ ਸਾਹਿਬ ਵੇਖੋ ਤਾਂ ਇਮਾਮ ਅਲੀ, ਇਮਾਮ ਅਲੀ ਉਲ ਹੱਕ ਆਪਦਾ ਨਾਂ ਹੈ, ਵੈਸੇ ਇਮਾਮ ਸਾਹਿਬ ਦੇ ਨਾਂ 'ਤੇ ਮਸ਼ਹੂਰ ਨੇ ਇਮਾਮ ਅਲੀ ਉਲ ਹੱਕ। ਜਿੱਧਰ ਵੇਖੋ ਅਲੀ ਉੱਧਰ ਹੀ ਹੈ, ਜਿੱਧਰ ਵੇਖੋ ਅਲੀ, ਜਿੱਧਰ ਵੇਖੋ ਅਲੀ ਉੱਧਰ। ਦਾਦਾ ਸਾਹਿਬ ਅਲੀ ਅਜਵੇਰੀ ਬਾਬਾ ਮਜ਼ਾਰ 'ਤੇ ਲੱਖਾਂ ਦੁਨੀਆ ਹੈ। ਉਰਸ ਆ ਗਿਆ ਨਾ ਜੀ, ਉਰਸ 'ਤੇ ਜਾਣਾ, ਤਵੱਜੋ ਕਰਿਓ। 400 ਬਰਾਤ ਮੰਗੀ ਹੋਵੇ ਨਾ 400, ਅਤੇ ਬੰਦਾ 450 ਆ ਜੇ ਅਤੇ ਮੈਰਿਜ ਹਾਲ ਵਾਲਿਆਂ ਨੂੰ ਵੀ ਥਰਥੱਲੀ ਮੱਚ ਜਾਂਦੀ ਹੈ, ਅਤੇ ਕੁੜੀ ਵਾਲਿਆਂ ਨੂੰ ਵੀ ਬੋਲੋ ਮੱਚ ਜਾਂਦੀ। ਉਹ ਯਾਰ ਤੁਹਾਨੂੰ 400 ਬੰਦਾ ਕਿਹਾ ਸੀ, ਤੁਸੀਂ 450 ਲੈ ਆਉਂਦਾ, ਐ ਤਾਂ ਰੋਟੀ ਪੱਕੀ ਹੈ ਨਾ, ਖਾਣਾ ਪੱਕਿਆ ਨਾ ਜੀ, 50 ਬੰਦੇ ਜ਼ਿਆਦਾ ਹੋ ਗਏ ਨੇ, ਰੋਟੀ ਥੁੜ ਗਈ ਹੈ। ਸੋਣੋ ਸਿਆਲਕੋਟੀਆ, ਜੇ ਆਮ ਮੈਰਿਜ ਹਾਲ 'ਚ 40-50 ਬੰਦੇ ਵੱਧ ਹੋ ਜਾਣ ਤਾਂ ਰੋਟੀ ਥੁੜ ਜਾਂਦੀ ਹੈ। ਮੈਂ ਚੈਲੰਜ ਕਰਨਾ, ਕੁਰਾਨ ਮੇਰੇ ਸਾਹਮਣੇ ਮਿੰਬਰੇ ਰਸੂਲ 'ਤੇ ਬਹਿਣਾ, ਪੂਰੀ ਦੁਨੀਆ ਨੂੰ ਚੈਲੰਜ ਹੈ, ਮੈਨੂੰ ਕੋਈ ਇੱਕ ਫਕੀਰ ਦਾ ਡੇਰਾ ਵਿਖਾ ਜਿੱਥੇ ਕਦੀ ਲੰਗਰ ਥੁੜਿਆ ਹੋਵੇ। ਉਹ ਬੋਲੋ ਏ ਕੋਈ ਹੈ ਜੇ, ਉਹ ਮੈਨੂੰ ਵਿਖਾ, ਮੈਨੂੰ ਵਿਖਾ, ਮੈਂ ਫਲਾਣੀ ਜਗ੍ਹਾ 'ਤੇ ਗਿਆ ਸਾਂ ਅਤੇ ਲੰਗਰ ਥੁੜ ਗਿਆ ਸੀ। ਤੈਨੂੰ ਅਜੇ ਵੀ ਅੱਲਾਹ ਦੇ ਵਲੀ ਸਮਝ ਵਿੱਚ ਨਾ ਆਉਣ। ਅੱਛਾ ਵੇਖੋ, ਇਹ ਜਦੋਂ ਬਵਰਚੀ ਲੰਗਰ ਪਕਾਉਂਦਾ, ਬੜੀਲੇ ਸ਼ਰੀਫ ਲੰਗਰ ਜਾ ਰਹੀ ਹੈ, ਜਮਾਤ ਅਲੀ ਸ਼ਾਹ ਸਾਹਿਬ ਦੇ ਟੁਰ ਜਾਓ, ਤੁਸੀਂ ਹੋਰ ਮਜ਼ਾਰ 'ਤੇ ਟੁਰ ਜਾਓ, ਇੱਕ ਮਿੰਟ ਸੋਚੋ ਜ਼ਰਾ, ਸੋਚਣਾ ਜੇ ਬਾਬਾ ਜੀ, ਜਦੋਂ ਲਾਂਗਰੀ ਲੰਗਰ ਪਕਾਉਂਦਾ, ਉਹਨਾਂ ਨੂੰ ਪਤਾ ਹੁੰਦਾ ਵੀ 100 ਬੰਦੇ ਨੇ ਆਉਣਾ ਮਜ਼ਾਰ 'ਤੇ ਦਰਬਾਰ 'ਤੇ, ਹੁਣ 11ਵੀਂ ਹੈ ਜਾਂ ਉਰਸ ਹੈ, ਜੇ 200 ਬੰਦਾ ਇਜ਼ਾਫੀ ਆ ਗਿਆ ਤਾਂ ਪੀਰਾਂ ਨੇ ਕੀ ਆਖਣਾ ਵੀ ਰੋਟੀ ਮੁੱਕ ਗਈ ਟੁਰ ਜਾਓ? ਬੋਲੋ ਤਾਂ ਸਹੀ। ਉਹ ਯਾਰ, ਉਹ ਬੰਦੇ ਵੇਖ ਕੇ ਰੋਟੀ ਨਹੀਂ ਪਕਾਉਂਦੇ, ਉਹ ਅੱਲਾ ਦਾ ਨਜ਼ਰੇ ਰਹਿਮਤ ਵੇਖ ਕੇ ਰੋਟੀ ਪਕਾਉਂਦੇ ਨੇ ਬਾਬਾ। ਉਹ ਜੇ ਨਬੀ ਪਾਕ ਦਾ ਇੱਕ ਪਿਆਲਾ 70 ਸਾਹਬਾ ਦੁੱਧ ਪੀਣ ਅਤੇ ਦੁੱਧ ਮੁੱਕੇ, ਹਾਂ ਤੇਰੀ ਅਤੇ ਸਾਡੀ ਰੋਟੀ ਹੋ ਰਹੇ, ਫਕੀਰ ਦਾ ਲੰਗਰ ਹੋ ਰਹੇ, ਦਰਵੇਸ਼ ਦਾ ਲੰਗਰ। ਆ ਤੁਸੀਂ ਦਾਦਾ ਸਾਹਿਬ ਤੁਰ ਜਾਓ, ਮੈਂ ਬੜੀ ਵੱਡੀ ਗੱਲ ਕੀਤੀ ਹੈ, ਹਰ ਬੰਦੇ ਵਾਸਤੇ ਨਹੀਂ ਗੱਲ, ਕਿਹਦੀ ਮੈਨੂੰ ਵਿਖਾ, ਚੱਲ ਕਿਸੇ ਦਰਬਾਰ ਦੇ, ਇਹ ਇਮਾਮ ਸਾਹਿਬ ਜਾਣਾ, ਕਦੀ ਵਿਖਾ ਕੇ ਲੰਗਰ ਥੁੜਿਆ ਹੋਵੇ? ਜਿਹਨੇ ਇੱਕ ਵਾਰੀ ਲਿਆ ਉਹਨੇ 5-5 ਵਾਰੀ ਲਏ ਨੇ ਸ਼ਹਿਰ, ਅਤੇ ਲੰਗਰ ਥੁੜਦਾ? ਮੈਂ ਕਿਹਾ ਫਕੀਰ ਦੇ ਬੂਹੇ ਤੋਂ ਨਹੀਂ ਥੁੜਿਆ, ਮੌਲਵੀ ਦੇ ਬੂਹੇ ਤੋਂ ਥੁੜ ਸਕਦਾ, ਆਮ ਬੰਦੇ ਦੇ ਬੂਹੇ ਤੋਂ ਥੁੜ ਸਕਦਾ, ਫਕੀਰ ਦਾ ਲੰਗਰ ਥੁੜਦਾ ਨਹੀਂ। ਇਹ ਹਜ਼ਾਰਾਂ ਕੀ ਲੱਖਾਂ ਦੁਨੀਆ ਉਰਸ 'ਤੇ ਹੋਣੀ ਹੈ ਬਾਬਾ ਜੀ, ਪੈਰ ਰੱਖਣ ਨੂੰ ਜਗ੍ਹਾ ਨਹੀਂ ਦਾਤਾ ਸਾਹਿਬ ਆਉਂਦੀ, ਇੰਨਾ ਰਸ਼ ਹੁੰਦਾ, ਇੰਨੀ ਦੁਨੀਆ ਆਉਂਦੀ, ਇੰਨਾ ਮਜਮਾ, ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ, ਹਿੰਦੁਸਤਾਨ ਤੋਂ ਲੋਕ ਆਉਂਦੇ ਨੇ, ਬੜੀ ਬੜੀ ਦੂਰੋਂ ਬਾਹਰ ਦੇ ਮੁਲਕਾਂ ਤੋਂ ਲੋਕ ਆਉਂਦੇ ਨੇ। ਇੱਧਰ ਵੇਖੋ, ਮੈਂ ਕਿਹਾ ਜੇ ਦਾਤਾ ਸਾਹਿਬ ਕੁਝ ਨਹੀਂ ਕਰਦੇ ਤਾਂ ਲੋਕ ਲੈਣ ਕੀ ਆਉਂਦੇ ਨੇ? ਮੈਂ ਤੁਹਾਨੂੰ ਇੱਕ ਮਿਸਾਲ ਦੇਣਾ, ਪੜ੍ਹਿਆ ਪੰਚਾਇਤ ਦੇ ਬੰਦੇ ਬੈਠੇ ਹੋ, ਮੈਂ ਇੱਕ ਦਿਨ ਜੁਮਾ ਚੰਗਾ ਨਾ ਪੜ੍ਹਾਵਾਂ ਅਤੇ ਅੱਧੇ ਬੰਦੇ ਨਹੀਂ ਇੱਥੇ ਮੱਸੇ 'ਚ ਆਉਣੇ। ਇਹ ਸੁਣੋ, ਮੈਂ ਹਕੀਕਤ ਕਹਿਣਾ ਪਿਆ, ਮੈਂ ਇੱਕ ਦਿਨ ਸਹੀ ਜੁਮਾ ਨਾ ਭੜਕਾਵਾਂ, ਮੈਂ ਜੀ ਤੜਕਾ ਕੇ ਟੁਰ ਜਾਂ, 10-20 ਮਿੰਟ ਪਹਿਲਾਂ ਛੱਡ ਕੇ ਟੁਰ ਜਾਂ, ਲੋਕਾਂ ਨੇ ਆਖਣਾ ਮੌਲਵੀ ਸਾਹਿਬ ਪਤਾ ਨਹੀਂ ਕੀ ਕਰਦੇ, ਬੰਦਿਆਂ ਨਹੀਂ ਆਉਣਾ। ਬਾਬਾ ਜੇ ਮੈਂ ਕੁਝ ਨਾ ਦੇਵਾਂ ਤਾਂ ਬੰਦੇ ਬੂੰਗੇ ਦੀ ਮੱਸੇ 'ਚ ਨਹੀਂ ਆਉਂਦੇ, ਅਤੇ ਜੇ ਦਾਤਾ ਕੁਝ ਨਾ ਦੇਵੇ ਤਾਂ ਮਜ਼ਾਰ 'ਤੇ ਦੁਨੀਆ ਕਿੱਥੋਂ ਆ ਰਹੀ ਹੈ? ਤਵੱਜੋ ਕਰੋ ਜ਼ਰਾ, ਸੋਚੋ ਯਾਰ, ਲੱਖਾਂ ਮਿਸਾਲਾਂ ਨੇ ਮੇਰੇ ਕੋਲ, ਕੁਝ ਵੰਡਦਾ ਪਿਆ ਅਤੇ ਲੋਕ ਆਉਂਦੇ ਪਏ ਨੇ ਨਾ, ਕੁਝ ਵੰਡਦਾ ਪਿਆ ਅਤੇ ਲੋਕ ਆਉਂਦੇ ਪਏ ਨਾ। ਇੱਧਰ ਤਵੱਜੋ ਫਰਮਾਇਆ ਜੇ, ਇੱਕ ਦਰਵੇਸ਼ ਸੀ ਨਾ ਫਕੀਰ, ਟੁਰ ਗਿਆ, ਗੱਲ ਬੜੀ ਸੁਣਨ ਵਾਲੀ,
ਅਤੇ ਜਿਹੜੇ ਫਕੀਰ ਹੁੰਦੇ ਨੇ ਫਿਰ ਉਹਨਾਂ ਨੂੰ ਲਾਲਚ ਤਾਂ ਨਹੀਂ ਨਾ ਹੁੰਦਾ ਲੰਗਰ ਦਾ ਵੀ ਮੈਨੂੰ ਮਿਲੇ ਜਾਂ ਜ਼ਿਆਦਾ ਮਿਲੇ। ਉਹ ਦਰਵੇਸ਼ ਆਪਣੀ ਲਾਈਨ 'ਚ, ਉਹ ਬਾਬਾ ਜੀ ਬਾਹਰ ਬਹਿ ਰਿਹਾ, ਪੰਜ ਦਿਨ ਗੁਜ਼ਰ ਗਏ, ਛੇ ਦਿਨ ਗੁਜ਼ਰ ਗਏ, ਕੁਝ ਨਾ ਖਾਧਾ, ਐਂ ਜੀ ਬਸ ਯਾਰ ਦੀ ਯਾਦ ਵਿੱਚ ਬੈਠਾ ਹੋਇਆ। ਕਿਹਦੀ ਯਾਦ ਵਿੱਚ? ਯਾਰ ਦੀ ਯਾਦ ਵਿੱਚ। ਬਾਬਾ ਜੀ ਸੱਤ ਦਿਨ ਗੁਜ਼ਰੇ, ਉਹਦੇ ਪਿੰਡ ਅਸੀਂ ਗਏ ਸਨ ਤਕਰੀਰ ਕਰਨ, ਅਤੇ ਉਹਨੇ ਗੱਲ ਸੁਣਾਈ, ਉਹ ਜਿਹੜੀ ਤੁਹਾਨੂੰ ਸੁਣਾਉਣ ਲੱਗਾ ਰਾਜ਼ ਦੀ ਗੱਲ। ਅਤੇ ਕਹਿੰਦਾ ਜਦੋਂ ਸੱਤ ਦਿਨ ਗੁਜ਼ਰੇ ਨਾ, ਅਤੇ ਮੈਂ ਵੀ ਆਖਿਆ ਵੀ ਅੱਜ ਖਾਣਾ, ਆਏ ਹਾਏ ਖਾਣਾ। ਬਾਬਾ ਬੰਦਾ ਆਪ ਹੀ ਖਾਵੇ ਅਤੇ ਹੋਰ ਮਜ਼ਾ ਹੈ, ਕੋਈ ਖਵਾਵੇ ਅਤੇ ਹੋਰ ਮਜ਼ਾ ਹੈ। ਨਹੀਂ ਸਮਝੇ ਮੇਰੀ ਗੱਲ ਨੂੰ? ਕੋਈ ਖਵਾਵੇ, ਕੋਈ ਆਖੇ ਯਾਰ ਇਹਨਾਂ ਨੂੰ ਬੈਠਕ 'ਚ ਲੈ ਕੇ ਆਓ, ਉਹਦਾ ਹੋਰ ਮਜ਼ਾ, ਅਤੇ ਜੇ ਬੰਦਾ ਆਪ ਹੀ ਬੈਠਕ 'ਚ ਵੜ ਜਾਏ ਤਾਂ ਨਹੀਂ ਜੀ ਮੈਨੂੰ ਵੀ ਵਾੜੋ, ਅਤੇ ਜੇ ਅਗਲਾ ਆਖੇ ਬਾਹਰ ਨਿਕਲੋ ਤੈਨੂੰ ਕਿਹਨੇ ਕਿਹਾ ਫਿਰ, ਅਤੇ ਜੇ ਆਪ ਹੀ ਆਖੇ ਤਾਂ ਫਿਰ ਹੋਰ ਲੁਤਫੀ, ਫਿਰ ਹੋਰ ਮਜ਼ਾ ਹੀ। ਆਂਦਾ ਬਾਹਰ ਬੈਠਾ ਵਾਂ, ਤਵੱਜੋ ਫਰਮਾਈ, ਆਂਦਾ ਰਾਤ ਦੇ 12 ਵਜੇ ਦਾ ਟਾਈਮ ਹੈ, ਸਾਰੇ ਮਲੰਗ ਦੇ ਦਰਵੇਸ਼ ਸੁੱਤੇ ਹੋਏ ਨੇ। ਕਹਿੰਦਾ ਮੈਂ ਤਸਬੀਹ ਫੜ ਕੇ ਨਾ ਬਾਹਰ, ਇਹ ਮੇਨ ਦਰਵਾਜ਼ੇ ਦੀ ਗੱਲ ਸੁਣਾ ਰਿਹਾ, ਬਾਹਰ ਬੈਠਾ ਹੋਇਆ। ਕਹਿੰਦਾ ਇੱਕ ਮਜ਼ਦੂਰ ਆਇਆ, ਹਾਏ ਹਾਏ ਹਾਏ, ਸੁਣ ਓਏ ਦਾਤਾ ਸਾਹਿਬ ਦੀ ਨਗਰੀ 'ਚ ਵਸਣ ਵਾਲਿਆ, ਹਜ਼ਰਾਤ ਵਜੋਂ ਫਰਮਾ ਜੇ। ਆਂਦਾ ਇੱਕ ਦਰਵੇਸ਼ ਆਇਆ ਚਿੱਟੀ ਦਾੜੀ ਹੈ, ਚਿੱਠੀ ਦਾੜੀ ਏ, ਚਿਹਰੇ ਤੇ ਨੂਰ ਪਿਆ ਵਰਸਦਾ ਏ, ਮੇਰੇ ਮੁੰਡੇ ਤੇ ਹੱਥ ਰੱਖ ਕੇ ਆਂਦਾ ਉੱਠ ਭੁੱਖ ਲੱਗੀ ਆ, ਉੱਠ ਭੁੱਖ ਲੱਗੀ ਆ। ਆਂਦਾ ਮੇਰੇ ਪੈਰਾਂ 'ਚ ਜ਼ਮੀਨ ਨਿਕਲ ਗਈ ਏ, ਮੈਂ ਕਦੀ ਮਲੰਗ ਵੱਲ ਵੇਨਾ, ਕਦੀ ਦਰਵੇਸ਼ ਵੱਲ ਵੇਨਾ, ਕਦੀ ਆਪਣੇ ਵੱਲ ਵੇਨਾ, ਹੇ ਆਨਾ ਮੈਂ ਕੋ ਜੀ ਮੇਰਾ ਦਿਲ ਪਰਸਾਣਾ, ਹਾਏ ਹਾਏ, ਮੈਂ ਕਿਵੇਂ ਯਾਰ ਮਨਾਵਾਂ, ਮੇਰਾ ਬੜੇ ਦਾ ਨਹੀਂ, ਮੈਂ ਲਖ ਵਸੀ ਹੋ ਡਰ ਰੈਸੀ, ਹੋਏ ਮੇਰਾ ਕਾਂ ਮਿਲ ਪਾਹਾ, ਕਿੱਥੇ ਰੋਂਦੀ ਨਾ, ਹਾਏ ਹਾਏ, ਕਿੱਥੇ ਰੋਂਦੀ ਨਾ, ਕਿੱਥੇ ਰੋਂਦੀ ਨਾ, ਕਿੱਥੇ ਰੋਂਦੀ ਨਾ, ਮਰ ਜਾ ਆਇਆ ਮੁੰਡੇ ਤੇ ਹੱਥ ਰੱਖ ਆਂਦਾ ਏ, ਹੇ ਬੂਵੇ ਤੇ ਆ ਕੇ 7 ਦਿਨ ਹੋ ਗਏ ਨੀ, ਕੁਝ ਖਾਧਾ ਨਹੀਂ ਹੋ, ਕੁਝ ਪੀਤਾ ਨਹੀਂ ਹੋ। ਆਂਦਾ ਹਜ਼ੂਰ ਤੁਸੀਂ ਕੌਣ ਹੋ, ਕਿਹੜਾ 7 ਦਿਨ ਤੂੰ ਬਾਅਦ ਮੇਰੀ ਖਬਰ ਲੈਣ ਆਇਆ ਏ? ਬਜ਼ੁਰਗ ਫਰਮਾਨ ਲੱਗੇ ਮਲੰਗਾ ਜਿਹਦੇ ਬੂਵੇ ਤੇ ਆਇਆ ਏ, ਮੈਂ ਅਲੀ ਹਜਵੇਰੀ ਆ, ਮੈਂ ਅਲੀ ਹਜਵੇਰੀ ਆਇਆ ਵਾ, ਤੇਰੀ ਖਬਰ ਲੈਣ ਆਇਆ, ਜਾ ਮੈਂ ਡਿਊਟੀ ਲਾਈ ਆ ਫਲਾਣੀ ਜਗ੍ਹਾ ਤੇ ਚਲਾ ਰਾਂ। ਆਂਦਾ ਕਾਰੀ ਸਾਹਿਬ ਅੱਲਾ ਦੀ ਕਸਮ ਏ, ਦਿਲ ਦੀ ਦੁਨੀਆ ਬਦਲ ਗਈ ਆ, ਦਿਲ 'ਚ ਨੂਰ ਤੇ ਸਰੋਰ ਆਇਆ ਏ, ਹਜੇ ਉਸ ਜਗ੍ਹਾ ਤੇ ਗਿਆ ਨਹੀਂ, ਅੱਗੇ ਗੁਲਾਮ ਹੱਥ ਬੰਨ ਕੇ ਖਲੋਤੇ ਨੇ, ਆਏ ਹਾਏ, ਹੱਥ ਬੰਨ ਕੇ ਖਲੋਤੇ ਨੇ। ਆਂਦੇ ਨੇ ਹਜ਼ੂਰ ਅੰਦਰ ਆਓ, ਹਜ਼ੂਰ ਅੰਦਰ ਆਓ, ਤੁਹਾਡੀਆਂ ਰਾਵਾਂ ਹੀ ਉਡੀਕ ਰਹੇ ਹਾਂ, ਅੱਜ ਸਾਡੀ ਡਿਊਟੀ ਦਾਤਾ ਅਲੀ ਨੇ ਲਾਈ ਹੈ।
ਹੈ ਅੱਜ ਸਾਡੀ ਦਿੱਤੀ ਅਲੀ ਹਜਵੇਰੀ ਲਈ ਆ ਹੈ ਆ ਜਾਓ ਹਜ਼ੂਰ ਅੰਦਰ ਆ ਜਾਓ ਹਜ਼ੂਰ ਅੰਦਰ ਆ ਜਾਓ ਹਜ਼ਰਾ ਜੁਮਲੇ ਸੁਣਿਆ ਨੇ ਜਿਹੜਾ ਇੱਕ ਵਾਰੀ ਦਾਤਾ ਦਾਇਓ ਜਾਏ ਲੱਖ ਵਾਰੀ ਦਾਤਾ ਕਰਮ ਕਰਦਾ ਏ ਕਰੋੜ ਵਾਰੀ ਦਾਤਾ ਫਜ਼ਲ ਕਰਦਾ ਏ ਹੇ ਓ ਬਾਬਾ ਏ ਜਿਹਦੇ ਹੱਥ ਵਿੱਚ ਤਾਕਤ ਏ ਮਦੀਨੇ ਵਾਲੇ ਦੀ ਵੀ ਏ ਅਰਸ਼ਾਂ ਵਾਲੇ ਦੀ ਵੀ ਏ ਓ ਬਾਬਾ ਜੀ ਆਂਦਾ ਮੈਂ ਗਿਆ ਤੇ ਅੰਦਰ ਇੰਜ ਹੱਥ ਬੰਨ ਕੇ ਨਾ ਦਰਬਾਨ ਖਲੋਤੇ ਨਾ ਹਜ਼ੂਰ ਆਓ ਹੁਣ ਮਜ਼ਾ ਆਇਆ ਕਿ ਨਾ ਲੰਗਰ ਖਾਣ ਦਾ ਆਇਆ ਕਿ ਨਾ ਆਇਆ ਜਦੋਂ ਸਾਈਂ ਖੁਦ ਆਉਣ ਜਦੋਂ ਸਾਈਂ ਖੁਦ ਕਰਮ ਕਰਨ ਫਿਰ ਚਾਸ ਹੋਰ ਆਉਂਦੀ ਹੈ ਜਦੋਂ ਪੀਰ ਇਸ਼ਾਰਾ ਕਰਕੇ ਆਖਣ ਉਹ ਤੂੰ ਅੱਗੇ ਆ ਫਿਰ ਪਤਾ ਲੱਗਦਾ ਜੇ ਬੰਦਾ ਆਪ ਹੀ ਅੱਗੇ ਟੁਰ ਜੇ ਤਾਂ ਨਾ ਨਾ ਇਸ ਵਾਸਤੇ ਟਾਈਮ ਮੁਕੰਮਲ ਹੋ ਗਿਆ ਅਗਲੇ ਜੁੰਮੇ ਇੱਕ ਅੱਲਾ ਦੇ ਵਲੀ ਦੀ ਸ਼ਾਨ ਬਿਆਨ ਕਰਾਂਗੇ ਅੱਲਾ ਮੇਰਾ ਪੜ੍ਹਨਾ ਤੋੜਾ ਸੁਣਨਾ ਕਬੂਲ ਫਰਮਾਏ ਆਮੀਨ ਵਾਮਾ ਅਲੈਯਾ ਇਲਲ ਬਲਾਗਣ।